ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿਭੰ ਗੁਰਪ੍ਰਸਾਦ ਜਪੋ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੁਸੀ ਭੀ ਸਚ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੁਸੀ ਭੀ ਸਚ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਣੀ ਸਾਧ ਸੰਗ ਕੇ ਅੰਚਲ ਲਾਭ ਹੋ ਬਿਖਮ ਨਦੀ ਜਾਏ ਤਰਣੀ ਸਾਧ ਸੰਗ ਕੇ ਅੰਚਲ ਲਾਭ ਹੋ ਬਿਖਮ ਨਦੀ ਜਾਏ ਤਰਣੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਦਰਬਾਰ ਅੰਦਰ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ ਦਾਸ ਦੀ ਫਤਿਹ ਆਪ ਸੰਗਤਾਂ ਦੇ ਸਤਿਗੁਰੂ ਮਹਾਰਾਜ ਦੇ ਚਰਨਾਂ ਅੰਦਰ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਭਾਈ ਜਿਸ ਦੀ ਜ਼ੁਬਾਨ ਫਤਿਹ ਤਿਸ ਦੀ ਮੈਦਾਨ ਫਤਿਹ। ਵਕਤੇ ਦਾ ਅਤੇ ਸਰੋਤੇ ਦਾ ਇਹ ਸੰਬੰਧ ਹੋਇਆ ਕਰਦਾ ਹੈ ਕਿ ਜਦੋਂ ਫਤਿਹ ਦੀ ਸਾਂਝ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਵਕਤਾ ਜੋ ਵਿਚਾਰ ਵਾਸਤੇ ਬੈਠਾ ਅਤੇ ਸਾਹਮਣੇ ਬੈਠੇ ਸਰੋਤੇ ਕਿੰਨੀ ਕੁ ਤੀਬਰਤਾ ਦੇ ਨਾਲ ਵਿਚਾਰ ਸੁਣਨ ਦੇ ਹਾਮੀ ਨੇ। ਸੋ ਜਦੋਂ ਪੰਥ ਦੇ ਵਿੱਚ ਦੀਵਾਨ ਦੇ ਵਿੱਚ ਸੰਗਤ ਦੀ ਫਤਿਹ ਗਜਾਈ ਜਾਂਦੀ ਹੈ ਅਤੇ ਵਕਤੇ ਨੂੰ ਪਤਾ ਲੱਗ ਜਾਂਦਾ ਹੈ ਕਿ ਸਰੋਤਾ ਕਿੰਨਾ ਕੁ ਸੁਚੇਤ ਬੈਠਾ ਹੈ ਅਤੇ ਜੇ ਮੈਂ ਬੋਲਣ ਵਾਸਤੇ ਕੁਝ ਕਹਿਣ ਵਾਸਤੇ ਹਾਜ਼ਰ ਹੋਇਆ ਅਤੇ ਮੇਰੀ ਬੇਨਤੀ ਨੂੰ ਸੁਣਨ ਵਾਸਤੇ ਕਿੰਨੀ ਕੁ ਤੀਬਰਤਾ ਦੇ ਨਾਲ ਸੰਗਤ ਨੇ ਉੱਤਰ ਦਿੱਤਾ ਹੈ। ਸੋ ਸਤਿਗੁਰੂ ਕਿਰਪਾ ਕਰਨ ਜਿੰਨਾ ਵੀ ਸਮਾਂ ਆਪਾਂ ਨੂੰ ਮਿਲ ਰਿਹਾ ਘਰ ਪਰਿਵਾਰ ਦੇ ਕੰਮਾਂ ਕਾਰਾਂ ਦੇ ਵਿੱਚੋਂ ਸਮਾਂ ਕੱਢ ਕਰਕੇ ਗੁਰੂ ਦੇ ਹਜ਼ੂਰ ਆਪਾਂ ਜੁੜੇ ਹਾਂ। ਸਤਿਗੁਰੂ ਕਿਰਪਾ ਕਰਨ ਗੁਰੂ ਦੇ ਬਚਨਾਂ ਦੇ ਨਾਲ ਗੁਰੂ ਦੇ ਨਾਲ ਸਾਡੀ ਬਣਾਵੇ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ ਪੂਰਾ ਹਫ਼ਤਾ ਅੰਮ੍ਰਿਤ ਵੇਲੇ ਅਤੇ ਸੰਧਿਆ ਦੇ ਵੇਲੇ ਆਪ ਸੰਗਤਾਂ ਦੇ ਨਾਲ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਅਤੇ ਨਾਲ ਹੀ ਸੰਗਤ ਜੀ ਇਤਿਹਾਸ ਦੀ ਵਿਚਾਰ ਦੇ ਦੁਆਰਾ ਸਾਂਝ ਕਰਦੇ ਆ ਰਹੇ ਹਾਂ। ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਜਦੋਂ ਆਪਾਂ ਝਾਤ ਮਾਰਦੇ ਹਾਂ ਸੰਗਤ ਜੀ ਤਾਂ ਪਤਾ ਚੱਲਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਦਸਵੇਂ ਜਾਮੇ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਨੂੰ ਉਪਦੇਸ਼ ਕੀਤਾ ਭਾਈ ਕਿ ਤੇਰੀ ਅੰਤਰ ਆਤਮਾ ਜੋ ਪਰਮਾਤਮਾ ਦਾ ਹੀ ਅੰਸ਼ ਰੂਪ ਹੈ ਅਤੇ ਤੇਰੇ ਕੀਤੇ ਹੋਏ ਕਰਮਾਂ ਦੇ ਕਾਰਨ ਅਕਾਲ ਪੁਰਖ ਨੇ ਤੈਨੂੰ ਮਨੁੱਖੀ ਜਾਮੇ ਦੇ ਅੰਦਰ ਭੇਜ ਦਿੱਤਾ ਅਤੇ ਤੈਨੂੰ ਇਹ ਹਦਾਇਤ ਕਰ ਦਿੱਤੀ ਕਿ ਭਾਈ ਜੇਕਰ ਇਸ ਵਿਛੜੇ ਹੋਏ ਅੰਸ਼ ਨੂੰ ਉਸ ਆਤਮਾ ਨੂੰ ਪਰਮਾਤਮਾ ਨਾਲ ਮਿਲਣਾ ਤਾਂ ਕਿਹੜੇ ਕਾਰਜ ਕਰਨੇ ਪੈਣਗੇ।
तो सतगुरु सच्चे पातशाह ने गुरबाणी के अंदर बारंबार समझाया प्राणी तू आया लाहा लैण लगा कि तुक पकड़े सब मुकदी चली रहण कहिंदे भाई आया तो सी लाहा लैण प्रभु के नाम का वाहिगुरु के सिमरन का पर लाहा कुछ होर ही खट्टी तुरिया जाता। सो बार बार निरंकार के नाल जुड़न वास्ते जुगतियां साधन महाराज जी ने दसे ते धन साहिब श्री गुरु ग्रंथ साहिब महाराज जी के अंदर आत्मा नूं परमात्मा दे विच अभेद होण दा सतगुरु जी ने साडे वास्ते फलसफा दर्ज कर दिता। ते नाल ही सतगुरु महाराज जी ने जिथे अंतरीब रूप दे विच आत्मा नूं परमात्मा नाल मिलिया ते महाराज कहिंदे भाई जिन्ना चिर शरीर करके संसार ते रहेगा अंदरों भी ते मैं तैनूं बाहरों भी न्यारा बना के जाणा। सतगुरु महाराज सच्चे पातशाह ने मन करके भी ते शरीर करके भी विलखण सरूप बख्श दिता ते सतगुरु जी ने हदायतां दे दित्तियां कि भाई प्यारिया अंदर दी शांति लई अंदर दे टिकाओ लई की करना है ते तेरा बाहरी सरूप किहो जिहा होवे। इह ते हो नहीं सकदा वी अंदरों कुछ होर होवे ते बाहरों कुछ होर होवे। महाराज कहिंदे अंदरों ते बाहरों गुरु के खालसे नूं इक अकाल दा पुजारी बना दिता वी अंदरों वी वाहिगुरु निरंकार दे नाल जुड़िया ते बाहरों भी उसे अकाल पुरख के सरूप वर्गा दर्जी पवे। तो सतगुरु महाराज जी के जीवन में समझण वास्ते संगत जी दो पक्ष फिर नालों नाल चलते हैं। पहला है गुरबाणी शब्द का जो सतगुरु महाराज जी ने कृपा की कि भाई आत्मा का परमात्मा नाल मेल ते दूसरा है बाहरी स्वरूप ते चढ़ती कला का प्रतीक ना किसी ते जुल्म करना ते ना भाई जुल्म सहारना। तो सतगुरु महाराज जी ने खालसाई रूप बख्शिश कर दिता। सो दोवां नूं समझण वास्ते संगत जी सानू गुरबाणी अते गुरु का इतिहास ये नालों नाल चलदा है। सो जेकर असी एक पक्ष लैके चलांगे तो दूसरे पक्ष की संपूर्णता नहीं अधूरे रह जावांगे। इस कारण करके महाराज सच्चे पातशाह जी की गुरबाणी सर्वोत्तम है उहदे नाल नाल गुरु का इतिहास भी सिख वास्ते बड़ा जरूरी है। जिहड़ा सानू शरीर करके बल बख्शदा आईया मुसीबतों नाल लड़न की ताकत बख्शदा ते परमात्मा नाल सुमेल करन दा जिहड़ा संदेश आदेश गुरबाणी देंदी है। सो यह बेनती मैं आप जी दे सन्मुख इस करके कर रहा कि अजोका समा पंथ दे उपर बड़ा भारी चल रहा ते सतगुरु महाराज कृपा करदे ने है ते सतगुरु दे हुकम दे अंदर ही ना सब कुछ जीव जीव हुकम ते वेद विकार वेखै विकसै कर विचार। ते महाराज कहिंदे भाई हो ते सारा कुछ उहदे हुकम च ही रहा पर जिहड़े गुरमुख ने गुरु के प्रचारक ने गुरु नाल जोड़न वास्ते इतिहास नाल जोड़न वास्ते तत्पर ने ते जिन्हां दी ड्यूटी महाराज ने दूजे पासे लाई भाई वह अपना जोर लाई तुरे जांदे कि जी आ भी ठीक नहीं ते उह भी ठीक नहीं। रहो विचार पर गुरमुख बनीए मुख गुरु वल करिए बंदियां दे पिछे लग के गुरु दियां खुशियां तो महरूम ना रह जाइए। सो इतिहास नूं ते गुरबाणी नूं दोनों पक्षों नूं विचारीए ते इसे हफ्ते दौरान संगत जी दो महत्वपूर्ण दिहाड़े आपां मना के आए हाँ। धन धन साहिब श्री गुरु ग्रंथ साहिब महाराज सच्चे पातशाह जी का गुरता गद्दी पुरब ते नाल ही मेरे कलगीधर पिता गुरु गोबिंद सिंह महाराज जी का सचखंड प्याना पुरब ज्योति जोत समाउणा पुरब। ये दो दिहाड़े पिछले हफ्ते दौरान आपां मनाए ने ते इसे ही गुरु घर की स्टेज तो संगतां नाल सांझ करदिआं आपां टूक मकर जिक्र कीता सी ते अज दा दीवान संध वाहिगुरु सच्चे पातशाह कृपा करन संडे दा दीवान वड्डे दीवान हुंदे ने ते संगत दे नाल आपां विस्थार सहित सांझ पाउण वास्ते जिहड़ा महाराज सच्चे पातशाह दे चरणां च जुड़े आ। सो पहला दे संगत जी सानू अपने पुरबां बारे गुरु के इतिहास बारे जानकारी होवेगी ते तद ही जाके गल बनेगी। बहुत सारे गुरमुख प्यारे कई बार अणजाण हुंदे ने पर जिहड़ी रोजाना संगत करन वाले माई भाई हैं वह चंगी तरह जानते हैं कि धन धन साहिब श्री गुरु ग्रंथ साहिब महाराज जी का पहला प्रकाश धन धन साहिब सतगुरु गुरु ग्रंथ साहिब महाराज जी का संपूर्णता दिवस धन धन साहिब श्री गुरु ग्रंथ साहिब महाराज जी का गुरता गद्दी दिवस ये तीन दिहाड़े हैं। आम करके साड़ी संगत इसे चक्कर दे विच उलझदी रहिंदी है वी गुरु ग्रंथ साहिब महाराज जी का संपूर्णता दिहाड़ा किहड़ा गुरता गद्दी दिवस किहड़ा ते सतगुरु महाराज सच्चे पातशाह जी का पहला प्रकाश किहड़ा सानू इसे गल दा ज्ञात नहीं।
ਇਹ ਬੜੀ ਹੀ ਹੈਰਾਨੀਜਨਕ ਗੱਲ ਹੈ ਸੰਗਤ ਜੀ, ਹੋਵੇ ਗੁਰੂ ਕਾ ਸਿੰਘ, ਗੁਰੂ 'ਤੇ ਭਰੋਸਾ ਰੱਖਣ ਵਾਲਾ, ਪਿਆਰ ਕਰਨ ਵਾਲਾ, ਅਤੇ ਆਪਣੇ ਗੁਰੂ ਬਾਰੇ ਇੰਨਾ ਵੀ ਸਾਨੂੰ ਜਾਣਕਾਰੀ ਨਾ ਹੋਵੇ ਤਾਂ ਸਾਡਾ ਪੰਥ ਕਿੱਥੇ ਕੁ ਖੜ੍ਹਾ। ਇਹ ਤੁਹਾਨੂੰ ਅਤੇ ਵਿੱਚੇ ਮੈਨੂੰ ਸਾਰਿਆਂ ਨੂੰ ਵਿਚਾਰਨ ਦੀ ਲੋੜ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਮੈਂ ਥੋੜ੍ਹਾ ਥੋੜ੍ਹਾ ਸਾਰੇ ਪੱਖਾਂ ਦੇ ਉੱਪਰ ਯਤਨ ਕਰਾਂਗਾ ਜਿੰਨੀ ਕਿ ਮਹਾਰਾਜ ਮੈਨੂੰ ਮਤਬੁੱਧ ਬਖਸ਼ਦੇ ਨੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੁਚੇਤ ਹੋ ਜਾਈਏ ਅਤੇ ਸਾਨੂੰ ਸਾਡੇ ਪੁਰਬਾਂ ਵਾਸਤੇ ਪਤਾ ਹੋਵੇ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਅਕਾਲ ਪੁਰਖ ਵਾਹਿਗੁਰੂ ਨਿਰੰਕਾਰ। ਜਦੋਂ ਧਰਤੀ ਨੇ ਪੁਕਾਰ ਕਰਕੇ ਬੇਨਤੀ ਕੀਤੀ ਕਿ ਬੜੇ ਅਵਤਾਰ ਆਏ, ਬੜੇ ਫਕੀਰ ਆਏ, ਬੜੇ ਬੜੇ ਅਕਾਲ ਪੁਰਖ ਦੇ ਭਗਤ ਇਸ ਸੰਸਾਰ 'ਤੇ ਆਏ ਮਹਾਰਾਜ, ਪਰ ਮੇਰੀ ਤਪਦੀ ਧਰਤੀ ਨੂੰ ਕਿਸੇ ਨੇ ਠਾਰਿਆ ਨਹੀਂ। ਸਭ ਨੇ ਆਪੋ ਆਪਣਾ ਪੰਥ ਚਲਾ ਲਿਆ, ਆਪੋ ਆਪਣੀ ਰੀਤ ਚਲਾ ਲਈ, ਪਰ ਮੈਨੂੰ ਸੜਦੀ ਬਲਦੀ ਨੂੰ ਬਚਾਇਆ ਕਿਸੇ ਨੇ ਨਹੀਂ। ਕਿਰਪਾ ਕਰੋ, ਰਹਿਮਤ ਕਰੋ, ਹੁਣ ਪਾਪਾਂ ਦਾ ਘੜਾ ਭਰ ਚੁੱਕਾ ਅਤੇ ਸਤਿਗੁਰੂ ਆਪ ਜੀ ਰਹਿਮਤ ਕਰੋ। ਅਤੇ ਅਕਾਲ ਪੁਰਖ ਨੇ ਫਿਰ ਧਰਤੀ ਦੀ ਪੁਕਾਰ ਸੁਣ ਕਰਕੇ ਵਚਨ ਕੀਤਾ ਕਿ ਕੋਈ ਅਵਤਾਰ, ਕੋਈ ਫਕੀਰ ਭੇਜਣਾ ਪਵੇਗਾ, ਅਤੇ ਧਰਤੀ ਨੇ ਪੱਲਾ ਅੱਡ ਕੇ ਕਿਹਾ ਮਹਾਰਾਜ ਹੁਣ ਬਿਮਾਰੀ ਬੜੀ ਵੱਡੀ ਵੱਧ ਚੁੱਕੀ ਹੈ, ਹੁਣ ਆਪ ਹੀ ਨਿਰੰਕਾਰ ਸੰਸਾਰ 'ਤੇ ਆਵੇ ਅਤੇ ਸੰਸਾਰ ਦਾ ਪਾਰ ਉਤਾਰਾ ਹੋਣਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਕਿਸੇ ਦੇ ਭੇਜਿਆਂ ਗੱਲ ਨਹੀਂ ਬਣਨੀ, ਤੁਸੀਂ ਆਪ ਸਰੂਪ ਧਾਰ ਕਰਕੇ ਇਸ ਧਰਤੀ 'ਤੇ ਬਿਰਾਜੋ ਅਤੇ ਇਸ ਸੰਸਾਰ ਦਾ ਮਹਾਰਾਜ ਉਧਾਰ ਕਰੋ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰੂਪ ਧਾਰ ਕਰਕੇ ਸਾਕਸ਼ਾਤ ਪਰਮੇਸ਼ਰ ਅਕਾਲ ਪੁਰਖ ਇਸ ਧਰਤੀ ਦੇ ਉੱਪਰ ਸੰਗਤ ਜੀ ਪ੍ਰਕਾਸ਼ਮਾਨ ਹੋਇਆ, ਜਿਹੜਾ ਆਉਣ ਵਾਲੀ ਇਸੇ ਮਹੀਨੇ 30 ਤਰੀਕ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆਪਾਂ ਮਨਾਉਣਾ। ਸੋ ਸਤਿਗੁਰੂ ਮਹਾਰਾਜ ਜੀ ਨੇ ਇਸ ਸੰਸਾਰ ਦੇ ਉੱਪਰ ਆ ਕਰਕੇ ਇੱਕ ਓਅੰਕਾਰ ਦਾ ਐਸਾ ਹੋਕਾ ਫਿਰਾਇਆ, ਕੁੱਲ ਸੰਸਾਰ ਨੂੰ ਉਸ ਨਿਰੰਕਾਰ ਦੇ ਵਿੱਚ ਅਭੇਦ ਕਰਨ ਦੀ ਮਹਾਰਾਜ ਜੀ ਨੇ ਸ਼ੁਰੂਆਤ ਕਰ ਦਿੱਤੀ। ਅਤੇ ਕਿੱਡੀ ਵਿਲੱਖਣਤਾ ਹੈ ਸੰਗਤ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਪੁਰਬ ਆਪਾਂ ਮਨਾਵਾਂਗੇ, 550 ਸਾਲਾਂ ਆਪਾਂ ਮਨਾ ਕੇ ਆਏ ਹਾਂ ਪਿੱਛੇ। ਸਤਿਗੁਰੂ ਮਹਾਰਾਜ ਜੀ ਦਾ ਸੱਚਖੰਡ ਗਮਨ ਪੁਰਬ ਵੀ ਮਨਾਉਂਦੇ ਹਾਂ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਦੇ ਵੀ ਗੁਰਤਾ ਗੱਦੀ ਪੁਰਬ ਨਹੀਂ ਮਨਾਇਆ ਜਾਂਦਾ, ਕਿਉਂ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਧੁਰ ਦਰਗਾਹ ਦੇ ਅਕਾਲ ਪੁਰਖ ਦੇ ਹਜ਼ੂਰ ਦੇ ਵਿੱਚੋਂ ਹੀ ਗੁਰੂ ਬਣ ਕੇ ਆਏ ਨੇ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਗੁਰੂ ਬਣਨਾ ਨਹੀਂ ਪਿਆ, ਕਿਸੇ ਨੂੰ ਗੁਰੂ ਬਣਾਉਣਾ ਨਹੀਂ ਪਿਆ, ਥਾਪਣਾ ਨਹੀਂ ਪਿਆ। ਅਕਾਲ ਪੁਰਖ ਨੇ ਸਿੱਧਾ ਆਪਣੇ ਚਰਨਾਂ ਦੇ ਵਿੱਚੋਂ ਹੀ ਗੁਰੂ ਨਾਨਕ ਦਾ ਸਰੂਪ ਧਾਰਨ ਕਰਕੇ ਧਰਤੀ 'ਤੇ ਆਏ ਅਤੇ ਧੁਰ ਦਰਗਾਹ ਤੋਂ ਗੁਰੂ ਬਣਕਰ ਹੀ ਸੰਸਾਰ 'ਤੇ ਪ੍ਰਗਟ ਹੋਏ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਸੰਸਾਰ ਤੋਂ ਪਾਪਾਂ ਦੀ ਧੁੰਦ ਛੱਟ ਗਈ। ਅੱਜ ਕੱਲ੍ਹ ਦੇ ਦਿਨ ਚੱਲ ਰਹੇ ਨੇ ਸਰਦੀ ਦੇ, ਸੂਰਜ ਚੜਿਆ ਹੁੰਦਾ ਹੈ ਅਤੇ ਧੁੰਦ ਦਾ ਪਸਾਰਾ ਕਿਤੇ ਬਹੁਤਾ ਹੋਇਆ ਹੋਵੇ ਅਤੇ ਆਪਾਂ ਨੂੰ ਸੰਗਤ ਹੀ ਇਉਂ ਲੱਗਦਾ ਵੀ ਹਜੇ ਦਿਨ ਨਹੀਂ ਚੜਿਆ, ਚਾਰ ਚੁਫੇਰੇ ਹਨੇਰਾ ਹੀ ਹੈ। ਪਰ ਅਸਲ ਦੇ ਵਿੱਚ ਸੂਰਜ ਜ਼ਰੂਰ ਚੜਿਆ ਹੁੰਦਾ, ਪਰ ਧੁੰਦ ਅਤੇ ਫੌਗ ਜਿਹੜੀ ਹੈ ਤੁਹਾਨੂੰ ਸੂਰਜ ਦੇ ਦਰਸ਼ਨ ਨਹੀਂ ਹੋਣ ਦਿੰਦੀ, ਅਤੇ ਇਸੇ ਕਰਕੇ ਸਾਨੂੰ ਲੱਗਦਾ ਵੀ ਹਜੇ ਦਿਨ ਚੜਿਆ ਨਹੀਂ। ਅਤੇ ਜਦੋਂ ਫਿਰ ਉਹ ਫੌਗ ਉਹ ਧੁੰਦ ਹਟ ਜਾਂਦੀ ਹੈ ਅਤੇ ਫਿਰ ਆਪਾਂ ਸਮੇਂ ਵੱਲ ਨਜ਼ਰ ਮਾਰਦੇ ਹਾਂ ਵੀ ਦਿਨ ਦੇ 10-11 ਵੱਜ ਗਏ, ਪਰ ਧੁੰਦ ਕਰਕੇ ਪਤਾ ਹੀ ਨਹੀਂ ਲੱਗਾ ਦਿਨ 'ਤੇ ਕਿੱਡਾ ਕਿੱਡਾ ਚੜਿਆ ਹੋਇਆ। ਅਤੇ ਮਹਾਰਾਜ ਕਹਿੰਦੇ ਵੀ ਜਦੋਂ ਪਾਪ ਅਤੇ ਸਾਡੇ ਮਨ ਦੇ ਵਿਕਾਰ ਇਸ ਮਨ ਦੇ ਉੱਪਰ, ਇਸ ਬੁੱਧੀ ਦੇ ਉੱਪਰ ਧੁੰਦ ਰੂਪ ਪਸਾਰਾ ਕਰ ਲੈਂਦੇ ਨੇ, ਫਿਰ ਸੱਚ ਨਾਮ ਪ੍ਰਕਾਸ਼ ਗੁਰੂ ਦਾ ਫਿਰ ਨਜ਼ਰ ਹੀ ਨਹੀਂ ਆਉਂਦਾ ਸਾਨੂੰ। ਸਾਨੂੰ ਇਉਂ ਲੱਗਦਾ ਵੀ ਹਜੇ ਵਾਹਿਗੁਰੂ ਮਹਾਰਾਜ 'ਤੇ ਹੈ ਹੀ ਨਹੀਂ, ਜੋ ਕੁਝ ਹਾਂ ਮੈਂ ਹੀ ਹਾਂ, ਸਿਆਣਪ ਵੀ ਮੇਰੀ ਹੈ, ਮਿਹਨਤ ਵੀ ਮੇਰੀ ਹੈ। ਭਾਵ ਕਿ ਗੁਰੂ ਨੂੰ ਦੇਖਣ ਦੀ ਬਜਾਏ ਆਪਣੇ ਆਪ ਵੱਲ ਝਾਤੀ ਮਾਰਦਾ, ਪਰ ਜਦੋਂ ਕਿਤੇ ਸਤਿਗੁਰੂ ਕਿਰਪਾ ਕਰਕੇ ਆਪਣੇ ਰਹਿਮਤ ਰੂਪੀ ਨਾਮ ਦਾ ਛੱਟਾ ਮਾਰ ਕੇ ਇਹ ਧੁੰਦ ਹਟਾ ਦਿੰਦਾ, ਫਿਰ ਨਜ਼ਰ ਹੀ ਆਉਂਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਕੀ ਹਾਂ, ਇੱਕ ਮਿੱਟੀ ਦਾ ਪੁਤਲਾ। ਜੇ ਤੂੰ ਸਵਾਸ ਨਾ ਪਾਉਂਦਾ ਤਾਂ ਮਹਾਰਾਜ ਮੇਰੀ ਕੀ ਮਜਾਲ ਸੀ ਕਿ ਮੈਂ ਕਿਸੇ ਪਦਵੀ ਤੱਕ ਪਹੁੰਚ ਸਕਦਾ। ਇਹ ਤੇਰੀ ਕਿਰਪਾ, ਤੇਰੀ ਰਹਿਮਤ ਹੋਈ, ਤੂੰ ਮੈਨੂੰ ਸਤਿਬੁੱਧ ਦਿੱਤੀ, ਮੈਨੂੰ ਤੰਦਰੁਸਤੀ ਦਿੱਤੀ, ਮੈਨੂੰ ਇੰਨਾ ਕੁ ਦਿਮਾਗ ਦਿੱਤਾ ਮਹਾਰਾਜ, ਜਿਹਦੀ ਮੈਂ ਵਰਤੋਂ ਕਰਕੇ ਅੱਜ ਕਿਸੇ ਵੱਡੇ ਮੁਕਾਮ 'ਤੇ ਪਹੁੰਚਾ ਹਾਂ। ਮੇਰਾ ਮੁਜਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੋ ਸੌਂਪ ਕੇ ਕਿਆ ਲੱਗਾ ਮੇਰਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਤਾਂ ਕੁਝ ਵੀ ਨਹੀਂ, ਜੇ ਤੂੰ ਮੈਨੂੰ ਇਸ ਲਾਇਕ ਨਾ ਬਣਾਉਂਦਾ ਤਾਂ ਮੈਂ ਕੀ ਕਰ ਸਕਦਾ ਸੀ। ਭਾਵ ਉਹ ਧੁੰਦ ਦਾ ਪਰਦਾ ਚੁੱਕਿਆ ਜਾਂਦਾ ਅਤੇ ਉਹ ਅਕਾਲ ਪੁਰਖ ਦੇ ਦਰਸ਼ਨ ਫਿਰ ਹੋ ਜਾਇਆ ਕਰਦੇ ਨੇ।
ਰਹੋ ਵਿਚਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਗਤ ਜੀ ਪਹਿਲੇ ਦਿਨ ਤੋਂ ਹੀ ਇੱਕ ਓਹੰਕਾਰ ਦਾ ਹੋਕਾ ਦੇ ਕਰਕੇ ਸੰਸਾਰ ਨੂੰ ਜੋੜਿਆ ਤੇ ਸਤਿਗੁਰੂ ਮਹਾਰਾਜ ਜੀ ਨੇ ਵਚਨ ਕਰ ਦਿੱਤਾ ਗਿਆ ਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਗੁਰਤਾ ਗੱਦੀ ਤੇ ਦਸਵੇਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਨੀ ਹੈ, ਜਾ ਕੇ ਗੁਰੂ ਸਰੂਪ ਬਣਾਉਣਾ ਹੈ, ਪਰ ਪਹਿਲੇ ਦਿਨ ਤੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਕਹਿ ਦਿੱਤਾ ਭਾਈ ਇਹ ਮੇਰਾ ਬਚਨ ਨਹੀਂ, ਅਕਾਲ ਪੁਰਖ ਦਾ ਹੁਕਮ ਹੈ, ਧੁਰ ਦਰਗਾਹੀ ਬਾਣੀ ਹੈ, ਇਲਾਹੀ ਬਾਣੀ ਹੈ, ਮੈਂ ਨਹੀਂ ਕਹਿ ਰਿਹਾ, ਜਿਹੋ ਜਿਹਾ ਅਕਾਲ ਪੁਰਖ ਮੈਨੂੰ ਹੁਕਮ ਕਰਦਾ ਭਾਈ ਮੈਂ ਸੰਸਾਰ ਤੇ ਉਹਦੇ ਨਾਮ ਦਾ ਪਸਾਰਾ ਕਰ ਰਿਹਾ। ਕਿਉਂਕਿ ਬਹੁਤ ਗੁਰਮੁਖ ਐਸੇ ਨੇ ਜਿਹੜੇ ਦੁਨਿਆਵੀ ਗਿਆਨ ਦੇ ਤਲ ਤੇ ਸਤਿਗੁਰੂ ਮਹਾਰਾਜ ਜੀ ਨੂੰ ਤਰਕਾਂ ਕੁਤਰਕਾਂ ਮਾਰ ਦਿੰਦੇ, ਇਹ ਜੀ ਇਲਾਹੀ ਬਾਣੀ ਕਿੱਦਾਂ ਹੋ ਗਈ, ਸੱਚਖੰਡ ਤੋਂ ਆਈ ਬਾਣੀ ਕਿਵੇਂ ਕਹਿ ਦਿੱਤਾ। ਉਹ ਭਾਈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਉਚਾਰਨ ਕਰ ਰਹੇ ਨੇ, ਗੁਰੂ ਤੋਂ ਵੱਡਾ ਕੌਣ ਹੋ ਗਿਆ? ਦੁਨੀਆਂ ਦੇ ਕਿਸੇ ਸਰਟੀਫਿਕੇਟ ਦੀ ਫਿਰ ਲੋੜ ਰਹਿ ਜਾਂਦੀ? ਜਦੋਂ ਗੁਰੂ ਨਾਨਕ ਦੇਵ ਮਹਾਰਾਜ ਆਪ ਇਹ ਬਚਨ ਕਰ ਰਹੇ ਨੇ ਭਾਈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ, ਇਹ ਤੇ ਖਸਮ ਦੀ ਅਕਾਲ ਪੁਰਖ ਦੀ ਵਾਹਿਗੁਰੂ ਨਿਰੰਕਾਰ ਦੀ ਬਾਣੀ ਹੈ ਭਾਈ, ਮੇਰੀ ਬਾਣੀ ਨਹੀਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾ ਵੀ ਹੋਵੇ ਗੁਰੂ ਕਾ ਸਿੱਖ ਤੇ ਗੁਰੂ ਤੇ ਹੋਵੇ ਭਰੋਸਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਵੀ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਡੁਲਾ ਦੇ, ਤੇ ਜੇ ਗੁਰੂ ਤੇ ਭਰੋਸਾ ਨਹੀਂ ਪਿਆ ਰਿਹਾ ਪਹਿਲਾਂ ਹੀ ਟੁੱਟਣ ਨੂੰ ਤਿਆਰ ਹੈ ਤੇ ਤੋੜਨ ਵਾਲੇ ਦੇ ਬਹੁਤ ਤੁਰੇ ਫਿਰਦੇ ਨੇ। ਤੇ ਸਤਿਗੁਰੂ ਮਹਾਰਾਜ ਜੀ ਦਾ ਬਚਨ ਪੜ੍ਹਦੇ ਆ ਨਾ, ਜੋ ਗੁਰੂ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ, ਭਾਈ ਜੋ ਗੁਰੂ ਨੇ ਕਹਿ ਦਿੱਤਾ ਗੁਰੂ ਕੇ ਸਿੱਖ ਨੇ ਉਹ ਮੰਨ ਲੈਣਾ। ਤੇ ਮਹਾਰਾਜ ਫਿਰ ਬਾਰੰਬਾਰ ਕਿਰਪਾ ਕਰਦੇ ਨੇ ਨਾ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਬੇਨਤੀ ਤੇ ਇਹਨੇ ਨਾ ਕੀਤੀ, ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਵੀ ਸਿੱਖਾਂ ਮੇਰਾ ਹੁਕਮ ਹੈ ਤੈਨੂੰ ਕਿ ਤੂੰ ਆਪਣਾ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਤੇ ਜੋ ਹਜੇ ਵੀ ਸੋਚਾਂ 'ਚ ਪਿਆ ਹੋਇਆ ਹੈ ਜੀ ਕਿਤਾਬ ਨੂੰ ਕਿਵੇਂ ਗੁਰੂ ਮੰਨ ਲਈਏ, ਵਾਹਿਗੁਰੂ ਜਿਹੜੇ ਨਾਸਤਿਕ ਲੋਕ ਇਹੋ ਜਿਹਾ ਪ੍ਰਚਾਰ ਕਰਦੇ ਨੇ, ਇਹ ਤੇ ਜੀ ਪੜ੍ਹਨ ਵਾਸਤੇ ਹੈ, ਇਹ ਤੇ ਜੀ ਗਿਆਨ ਵਾਸਤੇ ਹੈ, ਅਨੇਕਾਂ ਦੀਆਂ ਤਰ੍ਹਾਂ ਦੀਆਂ ਤਰਕਾਂ ਦਿੰਦੇ ਨੇ ਨਾ। ਤੇ ਮਹਾਰਾਜ ਨੇ ਇਹ ਤੇ ਤੈਨੂੰ ਨਹੀਂ ਨਾ ਕਿਹਾ ਵੀ ਤੂੰ ਸ਼ੰਕਾ ਕਰੀ ਜਾਂ ਤੂੰ ਪੜਤਾਲ ਕਰੀ ਜਾਂ ਤੂੰ ਖੋਜ ਕਰੀ, ਮਹਾਰਾਜ ਨੇ ਹੁਕਮ ਕਰ ਦਿੱਤਾ ਵੀ ਮੈਂ ਤੈਨੂੰ ਕਿਹਾ ਹੈ ਤੇ ਤੂੰ ਮੰਨਣਾ ਹੈ ਭਾਈ। ਤੇ ਸੰਗਤ ਜੀ ਹੁਣ ਦੁਨਿਆਵੀ ਤਲ ਤੇ ਮਾੜਾ ਜਿਹਾ ਵਿਚਾਰ ਕਰ ਲਈਏ ਵੀ ਜਿੱਥੇ ਕਿਤੇ ਜੋਬ ਕਰਦੇ ਹਾਂ ਆਪਾਂ, ਨੌਕਰੀ ਕਰਦੇ ਹਾਂ, ਤੇ ਸਾਡਾ ਮੈਨੇਜਰ ਜਾਂ ਸਾਡਾ ਮਾਲਕ ਕਹਿੰਦਾ ਵੀ ਭਾਈ ਆਹ ਤੈਨੂੰ ਕੰਮ ਕਰਨਾ ਪੈਣਾ, ਤੇ ਅਸੀਂ ਬੜਾ ਆਰਾਮ ਦੇ ਨਾਲ ਚੁੱਪ ਚੁਪੀਤੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਵੀ ਸਾਡਾ ਮਾਲਕ ਹੈ, ਮੇਰਾ ਮੈਨੇਜਰ ਹੈ, ਮੈਂ ਇਹਦੇ ਅਧੀਨ ਹਾਂ, ਤੇ ਜੋ ਇਹਨੇ ਕਿਹਾ ਮੈਨੂੰ ਕਰਨਾ ਪੈਣਾ ਭਾਵੇਂ ਮੇਰਾ ਮਨ ਕਰਦਾ ਹੋਵੇ ਭਾਵੇਂ ਨਾ ਕਰਦਾ ਹੋਵੇ। ਤੇ ਜੇ ਸਵਾਲ ਜਵਾਬ ਕਰੋਗੇ ਤੇ ਉਹ ਕਹੇਗਾ ਭਾਈ ਆਪਣਾ ਹਿਸਾਬ ਕਿਤਾਬ ਕਰ ਤੇ ਛੁੱਟੀ ਲੈ ਘਰ ਨੂੰ ਜਾ, ਤੈਨੂੰ ਇਸੇ ਕਰਕੇ ਇੱਥੇ ਰੱਖਿਆ ਹੋਇਆ ਵੀ ਤੂੰ ਮੇਰਾ ਹੁਕਮ ਮੰਨਣਾ। ਤੇ ਮਹਾਰਾਜ ਕਹਿੰਦੇ ਭਾਈ ਦੁਨਿਆਵੀ ਬੰਦਿਆਂ ਦਾ ਹੁਕਮ ਤੇ ਹੱਸ ਕੇ ਮੰਨ ਲੈਂਦਾ ਕਿਉਂਕਿ ਮਾਇਆ ਆਉਂਦੀ ਦੀਦੀ ਹੈ ਵੀ ਘਰ ਨੂੰ ਨੋਟ ਆਉਣਗੇ, ਪਰ ਗੁਰੂ ਦੇ ਹੁਕਮ ਦੇ ਵਿੱਚ ਤਰਕਾਂ ਕੁਤਰਕਾਂ ਕਰਦਾ ਫਿਰਦਾ ਜਿੱਥੋਂ ਸੰਸਾਰ ਦੇ ਸੁੱਖ ਵੀ ਮਿਲਣੇ ਤੇ ਨਿਰੰਕਾਰ ਦੀ ਪ੍ਰਾਪਤੀ ਵੀ ਹੋਣੀ, ਉੱਥੇ ਤੂੰ ਕੁਤਾਹੀਆਂ ਵਰਤਦਾ ਜੀ ਨਹੀਂ ਮਹਾਰਾਜ ਇੰਨਾ ਕੁ ਮੰਨ ਲੈਂਦੇ ਹਾਂ ਬਾਕੀ ਅਜੇ ਠਹਿਰ ਕੇ ਮੰਨ ਲਾਂਗੇ, ਜਾਂ ਸਤਿਗੁਰੂ ਮਹਾਰਾਜ ਪਹਿਲੀਆਂ ਦੋ ਪੰਕਤੀਆਂ ਮੰਨ ਲੈਂਦੇ ਹਾਂ ਤੇ ਪਿਛਲੀਆਂ ਦੋ ਪੰਕਤੀਆਂ ਹਜੇ ਰਹਿਣ ਦਿਓ। ਤੇ ਬੜਾ ਮੈਨੂੰ ਸੰਗਤ ਜੀ ਹੈਰਾਨੀ ਆਉਂਦੀ ਹੈ ਜਦੋਂ ਕਿਤੇ ਗੁਰਮੁਖਾਂ ਨਾਲ ਵਿਚਾਰ ਕਰੀਦੀ ਹੈ ਵੀ ਭਾਈ ਜੇ ਆਪਾਂ ਮੰਨਣਾ ਤੇ ਪੂਰਾ ਮੰਨੀਏ, ਸੁਖਮਨੀ ਸਾਹਿਬ ਦਾ ਜਾਪ ਰੋਜ਼ਾਨਾ ਪੜ੍ਹਦੇ ਸੁਣਦੇ ਕਰਦੇ ਹੋ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਮਹਾਰਾਜ ਨੇ ਇਹ ਤਾਂ ਨਹੀਂ ਕਿਹਾ ਵੀ ਅੱਧਾ ਪ੍ਰਭ ਆਰਾਧਿਆ ਜਾਂ ਥੋੜਾ ਜਿਹਾ ਪ੍ਰਭ ਆਰਾਧਿਆ, ਮਹਾਰਾਜ ਕਹਿੰਦੇ ਪੂਰਾ ਪ੍ਰਭ ਆਰਾਧਿਆ, ਪੂਰੇ ਗੁਰੂ ਦੇ ਬਚਨ ਵੀ ਭਾਈ ਪੂਰੇ ਹੀ ਮੰਨਣੇ ਪੈਣਗੇ, ਅੱਧੇ ਅਧੂਰੇ ਨਹੀਂ। ਪਰ ਅੱਜ ਦਾ ਸਿੱਖ ਥੋੜ੍ਹੀ ਜਿਹੀ ਕੁਤਾਹੀ ਵਰਤਦਾ ਵੀ ਮਹਾਰਾਜ ਮੈਂ ਸਿਆਣਾ ਤੇ ਇੰਨਾ ਕੁ ਮੰਨ ਲੈਂਦੇ ਤੇ ਬਾਕੀ ਸਤਿਗੁਰੂ ਸੱਚੇ ਪਾਤਸ਼ਾਹ ਨਹੀਂ ਮੰਨਣਾ, ਤੇ ਮਹਾਰਾਜ ਕਹਿੰਦੇ ਭਾਈ ਫਿਰ ਜਿਹੜਾ ਹੁਕਮ ਨਹੀਂ ਨਾ ਮੰਨਦਾ ਆਖੇ ਨਹੀਂ ਲੱਗਦਾ ਉਹ ਫਿਰ ਜਮਾਂ ਦੀ ਮਾਰ ਸਹਾਰਦਾ ਰਹਿੰਦਾ, ਮਰ ਮਰ ਜੰਮੈ ਬਾਰੋ ਬਾਰ। ਤੇ ਮਹਾਰਾਜ ਕਹਿੰਦੇ ਭਾਈ ਫਿਰ ਸੰਸਾਰ ਦੇ ਅੰਦਰ ਜੰਮਦਾ ਰਹੋ ਤੇ ਮਰਦਾ ਰਹੋ, ਜੂਨਾ ਭੋਗਦਾ ਰਹੋ, ਤੇ ਜੇ ਛੁਟਕਾਰਾ ਚਾਹੀਦਾ ਤੇ ਗੁਰੂ ਕਾ ਸਿੱਖ ਗੁਰੂ ਕਾ ਹੁਕਮ ਮੰਨ ਲਵੇ। ਸੋ ਹੁਕਮ ਮੰਨਿਆ ਜਾਂਦਾ, ਹੁਕਮ ਦੇ ਨਾਲ ਸੰਗਤ ਜੀ ਡੀਲ ਨਹੀਂ ਕੀਤੀ ਜਾਂਦੀ ਜਾਂ ਸਮਝੌਤਾ ਨਹੀਂ ਕੀਤਾ ਜਾਂਦਾ ਵੀ ਇੰਨਾ ਕੁ ਮੰਨਣਾ ਹੈ ਜਾਂ ਇੰਨਾ ਕੁ ਮੰਨਣਾ। ਸੋ ਰਹੋ ਵਿਚਾਰ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਨਿਰੰਕਾਰ ਦੀ ਬਾਣੀ ਉਚਾਰ ਕਰਕੇ ਸੰਸਾਰ ਨੂੰ ਨਿਰੰਕਾਰ ਦੇ ਨਾਲ ਜੋੜਿਆ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਉੱਪਰ ਰਹਿਮਤ ਕਿਰਪਾ ਕਰ ਦਿੱਤੀ ਕਿ ਦੁਨੀਆ ਦੇ ਸੁੱਖ ਸਮਰਿੱਧੀ ਅਕਾਲ ਪੁਰਖ ਦੀ ਅਕਾਲੀ ਬਾਣੀ ਦੇ ਵਿੱਚੋਂ ਬਖਸ਼ਿਸ਼ ਕਰ ਦਿੱਤੇ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੰਸਾਰ ਦੇ ਲੋਕ ਜਾ ਕਰਕੇ ਪਾਂਧੇ ਤੋਂ ਮਹੀਨੇ ਦੀ ਬਾਤ ਪੁੱਛਦੇ ਨੇ ਵੀ ਕਿਹੜਾ ਮਹੀਨਾ ਸ਼ੁਭ ਹੈ, ਕੀ ਕਰੀਏ। ਸਤਿਗੁਰੂ ਆਪ ਜੀ ਗੁਰੂ ਨਾਨਕ ਦੀ ਜੋਤ ਹੋ, ਗੁਰਸਿੱਖਾਂ ਵਾਸਤੇ ਕੀ ਹੁਕਮ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਨਾਨਕ ਦੇਵ ਮਹਾਰਾਜ ਤੁਖਾਰੀ ਰਾਗ ਦੇ ਵਿੱਚ 12 ਮਾਹਾਂ ਪਹਿਲਾਂ ਹੀ ਬਖਸ਼ਿਸ਼ ਕਰ ਗਏ, ਪੜ੍ਹਿਆ ਕਰੋ। ਮਹਾਰਾਜ ਪੜ੍ਹਨ ਨਹੀਂ ਹੁੰਦਾ, ਬਾਣੀ ਬੜੀ ਮਹਿੰਗੀ ਹੈ, ਅਰਥ ਬੜੇ ਡੂੰਘੇ ਨੇ, ਸਾਨੂੰ ਆਮ ਜੀਵਾਂ ਨੂੰ ਸਮਝ ਨਹੀਂ ਆਉਂਦੇ, ਤੁਸੀਂ ਕਿਰਪਾ ਕਰਕੇ ਤਰਸ ਕਰ ਦਿਓ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੇ ਗੁਰਸਿੱਖਾਂ ਦੀ ਬੇਨਤੀ ਹੈ ਤਾਂ ਮਾਘ ਰਾਜ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ 12 ਮਾਹਾਂ ਫਿਰ ਉਚਾਰਨ ਕਰ ਦਿੱਤਾ, ਜਿਹੜਾ ਰੋਜ਼ਾਨਾ ਵਾਹਿਗੁਰੂ ਮਹਾਰਾਜ ਦੀ ਕਿਰਪਾ ਦੇ ਦੁਆਰਾ ਬਾਣੀ ਦੇ ਵਿੱਚ ਦਰਜ ਹੈ। ਸੰਗਤਾਂ ਦਰਸ਼ਨ ਕਰਦੀਆਂ ਨੇ ਅਤੇ ਸੰਗਰਾਂਦ ਦੇ ਉੱਪਰ ਜਾਪ ਵੀ ਕੀਤੇ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਕਿਰਪਾ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਸਾਰਾ ਸੰਸਾਰ ਪ੍ਰਾਗਰਾਜ ਜਾਂਦਾ ਆਪਣੀ ਮੁਕਤੀ ਵਾਸਤੇ, ਦਰਸ਼ਨ ਕਰਨ ਵਾਸਤੇ, ਇਸ਼ਨਾਨ ਕਰਨ ਵਾਸਤੇ, ਤ੍ਰਿਵੈਣੀ 'ਤੇ ਜਾ ਕੇ ਇਸ਼ਨਾਨ ਕਰਦੇ। ਮਹਾਰਾਜ ਅਸੀਂ ਕੀ ਕਰੀਏ, ਸਤਿਗੁਰੂ ਕਹਿੰਦੇ ਭਾਈ ਗੁਰੂ ਦੇ ਲੜ ਲੱਗੋ। ਪਰ ਮਹਾਰਾਜ ਉਹ ਤਾਂ ਕਹਿੰਦੇ ਵੀ ਤ੍ਰਿਵੈਣੀ ਦਾ ਮਹਾਤਮ ਬਹੁਤ ਵੱਡਾ, ਅਤੇ ਸਤਿਗੁਰੂ ਮਹਾਰਾਜ ਗੁਰਸਿੱਖ ਫਿਰ ਭੁਲੇਖੇ 'ਚ ਪੈ ਜਾਂਦੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਜੀ ਦੀ ਜਦੋਂ ਸੇਵਾ ਚੱਲ ਰਹੀ ਸੀ ਤਾਂ ਉਸੇ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਬਾਰ ਬਾਰ ਖੜ੍ਹਾ ਬਣਿਆ ਹੋਇਆ ਜਿੱਥੇ ਮਹਾਰਾਜ ਬਿਰਾਜਿਆ ਕਰਦੇ ਸੀ। ਅੱਜ ਤਾਂ ਚਲੋ ਸੰਗਤਾਂ ਕੋਲ ਸਮਾਂ ਬਹੁਤ ਸੀਮਤ ਹੁੰਦਾ ਵੀ ਅਸੀਂ ਘੜੀ ਵੇਖ ਕਰਕੇ ਦਰਸ਼ਨ ਕਰਨ ਜਾਂਦੇ ਹਾਂ ਅਤੇ ਉੱਥੇ ਜਾ ਕੇ ਵੀ ਸੇਵਾਦਾਰਾਂ ਨੂੰ ਝੂਠ ਬੋਲ ਦਿੰਦੇ ਜੀ ਮੈਂ ਫਲੈਟ ਫੜਨੀ ਹੈ ਤਾਂ ਫਟਾਫਟ ਲੰਘਾ ਦਿਓ। ਬਹੁਤ ਗੁਰਮੁਖ ਮੈਂ ਐਸੇ ਵੇਖੇ ਬਾਹਰ ਭਾਵੇਂ ਰੇਹੜੀ 'ਤੇ ਖੜ੍ਹ ਕੇ ਗੋਲ ਗੱਪੇ ਭਟੂਰੇ ਖਾਏ ਜਾਣ ਅਤੇ ਉੱਥੇ ਸੇਵਾਦਾਰ ਨੂੰ ਕਹਿਣਗੇ ਜੀ ਜਹਾਜ਼ ਨਾ ਵੀ ਚੱਲਿਆ ਮੈਨੂੰ ਦਰਸ਼ਨ ਛੇਤੀ ਕਰਾ ਦਿਓ। ਰੋਹ ਵਿਚਾਰ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਨੇ ਅਤੇ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਫਿਰ ਅਸੀਂ ਕੀ ਕਰੀਏ। ਅਤੇ ਸੰਗਤ ਜੀ ਸੁਖਮਨੀ ਸਾਹਿਬ ਦਾ ਜਾਪ ਮਹਾਰਾਜ ਜੀ ਨੇ ਉੱਥੇ ਉਚਾਰਨ ਕਰ ਦਿੱਤਾ। ਮਹਾਰਾਜ ਕਹਿੰਦੇ ਭਾਈ ਜਿਹੜਾ ਵੀ ਸਿੱਖ ਪ੍ਰੇਮ ਸਹਿਤ ਨਿਤਨੇਮ ਦੇ ਵਿੱਚ ਸੁਖਮਨੀ ਸਾਹਿਬ ਦਾ ਜਾਪ ਉਚਾਰਨ ਕਰੇਗਾ ਤ੍ਰਿਵੈਣੀ ਦੇ ਸੁੱਖ ਗੁਰਸਿੱਖਾਂ ਨੂੰ ਇਹਦੇ 'ਚੋਂ ਪ੍ਰਾਪਤ ਹੋ ਜਾਣਗੇ। ਇੱਕ ਗੁਰੂ ਕਾ ਸਿੱਖ ਭਾਵਨਾ ਨਾਲ ਪਾਠ ਕਰੇ, ਦੂਸਰਾ ਗੁਰੂ ਕਾ ਅੰਮ੍ਰਿਤ ਰੂਪ ਸ਼ਬਦ, ਅਤੇ ਮਹਾਰਾਜ ਕਹਿੰਦੇ ਤੀਜਾ ਸਤਿਗੁਰੂ ਆਪ ਵਿੱਚ ਪ੍ਰਵੇਸ਼ ਕਰੇਗਾ ਗੁਰਸਿੱਖਾਂ ਦੇ ਵਾਸਤੇ। ਸੁੱਖਾਂ ਦੀ ਖਾਣ, ਸੁੱਖਾਂ ਦੀ ਮਣੀ ਮੈਂ ਦੇ ਚੱਲਿਆ, ਕਿਸੇ ਤ੍ਰਿਵੇਣੀ 'ਤੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ, ਸੁਖਮਨੀ ਪੜ੍ਹ ਲੈ ਤ੍ਰਿਵੇਣੀ, ਜਿੰਨਾ ਫਲ ਤੈਨੂੰ ਭਾਈ ਇਹਦੇ 'ਚੋਂ ਮਿਲ ਜਾਣਾ। ਰਹੋ ਵਿਚਾਰ ਸਤਿਗੁਰੂ ਮਹਾਰਾਜ ਜੀ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਗਤ ਜੀ ਤਿਆਰ ਕਰਵਾਈ, ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਪਾਸੋਂ ਸੇਵਾ ਲੈ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਸਰੋਵਰ ਦੀ ਸੇਵਾ ਹੋ ਰਹੀ, ਸੰਗਤਾਂ ਆਉਂਦੀਆਂ, ਬਾਣੀ ਪੜ੍ਹਦੀਆਂ, ਜਾਪ ਕਰਦੀਆਂ ਅਤੇ ਵਿੱਚ ਵਿੱਚ ਸੰਗਤਾਂ ਕੱਚੀ ਬਾਣੀ ਵੀ ਪੜ੍ਹੀ ਜਾਂਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕੱਚੀ ਬਾਣੀ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਣਿਆ ਕਿ ਸੇਵਾਦਾਰ ਸੇਵਾ ਕਰਦੇ ਨੇ ਅਤੇ ਪੰਗਤੀਆਂ ਪੜ੍ਹੀ ਜਾਂਦੇ ਨੇ, ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਨਾਮ ਆ ਰਿਹਾ ਹੈ, ਆਮ ਕਰਕੇ ਟਰੈਕਟਰਾਂ ਟਰਾਲੀਆਂ 'ਤੇ ਇਹੋ ਜਿਹੀਆਂ ਪੰਗਤੀਆਂ ਤੁਹਾਨੂੰ ਬਹੁਤ ਮਿਲ ਜਾਣਗੀਆਂ, ਬਹੁਤ ਹੋਰ ਕੁਝ ਵੀ ਲਿਖਿਆ ਮਿਲ ਜਾਂਦਾ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਕੀ ਕਰ ਰਹੇ ਹੋ? ਕਹਿੰਦੇ ਜੀ ਬਾਣੀ ਪੜ੍ਹ ਰਹੇ। ਮਹਾਰਾਜ ਕਹਿੰਦੇ ਭਾਈ ਇਹ ਤਾਂ ਬਾਣੀ ਨਹੀਂ। ਕਹਿੰਦੇ ਜੀ ਬਾਹਰ ਕਾਪੀਆਂ ਵੰਡੀਆਂ ਜਾ ਰਹੀਆਂ, ਦਰਬਾਰ ਸਾਹਿਬ ਦੇ ਲਿਖਤਾਂ ਵੰਡੀਆਂ ਜਾ ਰਹੀਆਂ, ਉਹਦੇ ਤੋਂ ਪੜ੍ਹ ਕੇ ਪੜ੍ਹ ਮਹਾਰਾਜ ਸੱਚੇ ਪਾਤਸ਼ਾਹ ਜਪ ਰਹੇ। ਅਤੇ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਭੁਲੇਖਾ ਪਾਉਣ ਵਾਸਤੇ ਅਨਮਤੀਆਂ ਨੇ ਐਸੀਆਂ ਪੰਗਤੀਆਂ ਘੜੀਆਂ ਨੇ ਜਿਨ੍ਹਾਂ 'ਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਪਦ ਦੀ ਵਰਤੋਂ ਕੀਤੀ ਹੈ, ਨਕਲ ਗੁਰਬਾਣੀ ਦੀ ਕਰਦੇ ਨੇ, ਪਰ ਗੁਰੂ ਦੇ ਮੁੱਖ ਤੋਂ ਉਚਾਰਨ ਕੀਤੇ ਹੋਏ ਬਾਕ ਨਹੀਂ ਹੈ। ਸੱਚੇ ਪਾਤਸ਼ਾਹ ਫਿਰ ਸਾਨੂੰ ਕਿਵੇਂ ਪਤਾ ਲੱਗੇ? ਅਤੇ ਮਹਾਰਾਜ ਨੇ ਭਾਵ ਲਿਆ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਵਾਸਤੇ ਬਹੁਤ ਵੱਡੀ ਬਿਪਤਾ ਪੈਣ ਵਾਲੀ, ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਅਨਮਤੀਏ ਗੁਰੂ ਕੀ ਗੁਰਬਾਣੀ ਦੇ ਤੁਲ ਬਹੁਤ ਕੁਝ ਪ੍ਰਚਾਰ ਦੇਣਗੇ। ਅਤੇ ਸਿੱਖ ਫਿਰ ਨਿਰਣਾ ਕਿਵੇਂ ਕਰੇਗਾ ਵੀ ਕਿਹੜੀ ਮੇਰੇ ਗੁਰੂ ਦੇ ਬਚਨ ਨੇ ਅਤੇ ਕਿਹੜੀ ਭਾਈ ਕੱਚੀ ਬਾਣੀ? ਕਿਉਂਕਿ ਅੱਜ ਵੀ ਜਦੋਂ ਕਿਸੇ ਨੂੰ ਕਹਿ ਦਿੱਤਾ ਜਾਂਦਾ ਨਾ ਕਿ ਭਾਈ ਕੱਚੀ ਬਾਣੀ ਨਾ ਪੜ੍ਹੋ, ਅਤੇ ਉਹ ਕਹਿੰਦੇ ਜੀ ਤੁਹਾਡੇ ਕੋਲ ਕੀ ਸਰਟੀਫਿਕੇਟ ਹੈ ਵੀ ਕਿਹੜੀ ਕੱਚੀ ਬਾਣੀ ਹੈ ਅਤੇ ਕਿਹੜੀ ਪੱਕੀ ਬਾਣੀ ਹੈ? ਸਰਟੀਫਿਕੇਟ ਸੰਗਤ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੋ ਬਚਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਦਰਜ ਕਰ ਦਿੱਤੇ ਉਹਨਾਂ ਦੇ ਵਿੱਚ ਨਾ ਵਾਧਾ ਹੋ ਸਕਦਾ ਨਾ ਘਾਟਾ ਹੋ ਸਕਦਾ। ਗੁਰੂ ਦੀ ਉਸਤਤੀ ਵਾਸਤੇ ਕਵਿਤਾ ਲਿਖੋ, ਗੀਤ ਲਿਖੋ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਾਇਨ ਕਰੋ, ਪਰ ਆਪਣੀ ਰਚਨਾ ਨੂੰ ਗੁਰੂ ਦੀ ਰਚਨਾ ਬਣਾ ਕੇ ਸੰਗਤ 'ਤੇ ਨਾ ਥੋਪੋ, ਕਿਉਂਕਿ ਗੁਰੂ ਕੇ ਸਿੱਖ ਨੂੰ ਇਹ ਹੁਕਮ ਨਹੀਂ ਕਿ ਗੁਰੂ ਦੀ ਬਰਾਬਰੀ ਕਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਕਾਰਜ ਨੂੰ ਮੁੱਖ ਰੱਖਦਿਆਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਪੰਜਵੇਂ ਪਾਤਸ਼ਾਹ ਜੀ ਦੇ ਜਾਮੇ ਤੱਕ ਸਾਰੀ ਬਾਣੀ ਸੰਗ੍ਰਹਿ ਕੀਤੀ ਅਤੇ ਆਦਿ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ
सतगुरु महाराज जी ने पहले सरूप नू प्रकाशित किया जिन्हों का पहला प्रकाश महाराज सच्चे पातशाह का आप मनाने सतगुरु जी जो पहली बेर श्री दरबार साहब विखे महाराज जी ने सुशोभित किया। गुरु नानक देव महाराज ने खसम की बाणी कह के पहले ही निरंकार का अकाल पुरख का दर्जा दे दिता। पांचवें पातशाह महाराज सच्चे पातशाह ने पोथी परमेश्वर का थान कह करके अज भी अमृत वेले जो महाराज के सरूप आते हैं जिहड़ियां संगतां ने कितने टीवी से दर्शन किए होंगे गुरुद्वारा श्री कोठा साहब जिथे महाराज जी के महल होया करते गुरु अर्जन देव महाराज आप रेंदे सी। जिस दिन तो पोथी परमेश्वर का थान बना दिता महाराज सच्चे पातशाह ने वड्डा सुंदर पलंग डाक करके उस पोथी नू उस जगह पर विराजमान किया। तो जिन्ना चिर समा संगत जी महाराज शरीर करके आप रहे ने तो सतगुरु महाराज सामने लागे उस महाराज सच्चे पातशाह के सरूप के धरती के उपर चादर बिछा करके आराम करते रहे। गुरसिखा ने बेनती की महाराज सच्चे पातशाह आप इस तरह तो सतगुरु कहिंदे भाई निरंकार की अलाही बाणी का दर्जा सब तो उच्चा है उत्थी ही परमेश्वर है असी उहदे दर दे सेवादार। ते अज जदों कितें संगत नूं कोई गुरमुख प्यारा कह दिंदा वी भाई सिखो महाराज का आदर करिए महाराज का सत्कार करिए गुरु साहब सच्चे पातशाह हाजर नादर जोत ने तो फिर संगत कई बार महसूस कर दी लो जी एवें पखंड करी जांदे ने मत्था टेक लिया हुण इहदों वध असी की कर दी। ओ भाई तेरा गुरु सच्चे पातशाह महाराज के हजूर चादर विछा के गुरु तो नीवा हो के बहिंदा ते अज गुरु का सिख कहड़ी जगह ते खड़ा भाई अपने आप अंदर असी आप ही झाती मारीए। सतगुरु महाराज सच्चे पातशाह ने कृपा कर दी पहला प्रकाश संगत जी उस दिन मनाया जाता। समा बतीत होया सतगुरु महाराज गुरु कलगीधर पिता जी जीवन से आई है क्योंकि समय दीयां घड़ियां मैनू इशारा कर रही मैं दोवें प्रसंग समय के रेंद्या रेंद्या पूरे करा। दसवें जामे तक गुरु महाराज जी की गुरबाणी का आदर सत्कार संगत जी ज्यों दा त्यों चलिया। जिहड़ियां मर्यादावां पंथ दे विच प्रचलित हन ते अज उन्हां दे उपर किंतु परंतु करके संगत नूं भुलेखा पाया जांदा थोड़ा जिहा उन्हां दे गुजरे तुहाडा ध्यान दुआरिया। महाराज गुरु अर्जन देव महाराज सच्चे पातशाह लाहौर जांदे ने तत्तियां तवियां ते बहिंदे ने शहादत हुंदी सतगुरु महाराज जी का सुनेहा लै करके पंज सिंह महाराज दे हजूर जो सन आ करके गुरु हरगोबिंद सिंह महाराज सच्चे पातशाह नूं सारा दसदे ने कि सच्चे पातशाह किवें किवें सतगुरु नाल बीती। गुरु हरगोबिंद सिंह महाराज सच्चे पातशाह जी ने उस वक्त हुक्म करके श्री अकाल तख्त साहब वाले अस्थान से पहली बेर धन गुरु ग्रंथ साहब महाराज जो आदि ग्रंथ के रूप के सन सहज पाठ प्रारंभ कराया। जिथों पंथ के मर्यादा चली कि जदों कोई प्राणी चढ़ाई कर जाता तो वो निमित्त सहज पाठ रखा जाता। महाराज गुरु हरगोबिंद सिंह महाराज सच्चे पातशाह जी ने पहला श्री सहज पाठ साहिब आप गुरु साहब जी के निमित्त करवाया अरदास करवाई कीर्तन करवाया लंगर भंडारे सतगुरु महाराज ने चलाए ते सतगुरु महाराज जी ने अपने खजानिया दे विचों सुंदर वस्त्र ते महाराज जी नूं भेटा किया होया हाथी तक गुरु के कीर्तनिया गुरु के सेवादारां नूं उस वक्त बख्शिश की। महाराज ने यह वचन किया भाई कि विछड़ी हुई रूह जो अकाल पुरख दे विच समेत हुई है उस रूह नूं याद करदिआं गुरु की गुरबाणी का जाप किया जाए तो उहदे निमित्त शरदा भावना दे नाल गुरु नूं हाजर नाजर मन के जिन्हां ने यह सेवा संभाल की उन्हां दा आदर करना साडा फर्ज बनता। जिहड़ी समा पा करके साडे विच रीति चल पई कि जी पाठी सिंघां नूं कपड़े दिते जांदे कई पुरातन समय तो चली आ रही रीत अजे भी निभा रहे हैं जी बिस्तरा दे दिओ भांडे आदिक दे दिओ क्योंकि वह समा पा करके गुरसिखां ने वाधा घाटा अपनी मर्जी नाल करना शुरू कर दिता। मैं बेनती क्यों कर रहा कि अज जदों असी कोई भी रीत देखते हैं ना तो फटाफट ठप्पा ला दें जी आ भी मनमत आ भी मनमत आ भी मनमत आ भी झूठ आ भी झूठ पर पड़ताल कोई नहीं करता भी चली कितों चलण का कारण की सी असल रीत की सी तो उन्हें हुण रूप की धारण कर लिया। तो सतगुरु महाराज सच्चे पातशाह जी ने यह रीत पाई चलाई। उन्हां समयां दे अंदर संगत जी वस्त्र आदिक बनाउणे भी बड़ी वड्डी गल होया करदी सी ते ग्रंथी सिंघां नूं गुरु के सेवादारां नूं वस्त्र भेट करदे ने बहुत वड्डी गल सी। हत्थीं सूत कत्तणा फिर धागा बनना फिर वस्त्र बनना ते जिहड़ा एक बार वस्त्र बन जांदा सी कई कई साल उही हंडाउणा पैंदा सी। हुण ते महाराज जी कृपा नाल अलमारियां भरियां पईआं ने बैग भर भर सुट्टणे पैंदे बाहर वी कपड़े ही इन्ने हो जांदे साडे कोल। रो विचार महाराज सच्चे पातशाह ने समा पा करके अगे तो अगे गुरु के सिद्धांत नूं प्रचारिया। छेवें पातशाह जी ने पहली बेर श्री सहज पाठ साहब करवा करके पंथ नूं इह मर्यादा दे दित्ती जिहड़ी अज तक चलदी है। ते कई बार गुरसिख जदों स्टेज तों मेरे वर्गे प्रचारक कर दिंदे जी इह ते मर्यादा है ही नहीं सी सहज पाठ करना महाराज ने सानूं कहा भाई सच्चे पातशाह गुरु हरगोबिंद सिंह महाराज तो सियाणे ते असीं है नहीं ना
बाणी पढ़ने वास्ते सिख नूं उपदेश जरूर किया महाराज ने, पर रीत कित्थों चली उहदी पड़ताल जरूर कर लिया करो। समा आया संगत जी अगे चल करके साधु महाराज गुरु गोबिंद सिंह महाराज जी के समय तक मैं लैके जावां। इतिहास बहुत लमेरा ते समा अपने कोल इन्ना नहीं ते सतगुरु गुरु गोबिंद सिंह महाराज जी ने मोहर ला दित्ती कि भाई सानू इस संसार दे उपर निरंकार ने भेजना सी ते अकाल पुरख ने पंथ चलाउण दी जिहड़ी सेवा गुरु गोबिंद सिंह महाराज जी तो लैणी सी उहदे वास्ते बहुत वड्डी तपस्या वड्डा वड्डा जप तप सतगुरु महाराज जी दे गुरदेव पिता ते माता जी नूं करना पिया। ते सतगुरु जी ने अपनी जीवन गाथा दे विच इहदा पूर्ण उल्लेख किया है, तात मात अलख अराधा बहुविध योग साधना साधा तिन जो करी अलख की सेवा, ताते भए प्रसन्न गुरदेवा तिन आयस जब मोह प्रभ दिया तब हम जन्म कलू मैं लिया। महाराज कहिंदे भी मेरे माता ते पिता ने बहुत वड्डी तपस्या साधना कीती निरंकार नूं जपिया ते फिर जाके निरंकार ने सानू उहनां दी झोली च पाया। इतिहास जिक्र करदा गुरु तेग बहादुर महाराज सच्चे पातशाह पटने जाण तों पहलां संसार दा रमण करदिआं होइआं जदों दरबार साहिब महाराज दर्शन करन वास्ते गए, जो कुछ बीती आपने इतिहास सुणिआ संगत जिहड़ी जाणदी है, सतगुरु महाराज ने चाला मारिआ माता जी नाल ने ते चलदिआं चलदिआं सतगुरु सच्चे पातशाह जी तीर्थां ते इशनान करदे होए भगतां नूं तारदे होए जा रहे ने ते सतगुरु महाराज जगह ते विराजे होए ने संगत जी। तो सतगुरु महाराज जी ने गुरदेव माता जी ने बेनती की, सच्चे पातशाह पूरे संसार नू दुध पुत दियां बख्शिशां कर दिओ, रोजाना संगत जुड़ती है हजारां झोलियां भर भर के जाते ने सच्चे पातशाह हुण ते शरीक भी मेहणे मारदे ने भी इन्हां दे घर औलाद कोई नहीं, संसार तो बे औलादे चले जाणगे। महाराज संसार नू दिंदे हो ते अपने घर बारे मेरी कुख बारे सच्चे पातशाह कोई कृपा करो रहमत करो। गुरु तेग बहादुर महाराज जी ने कृपा की, कहिंदे माता जी असी कौन हुन्ने देण वाले, देण वाला ते निरंकार है, ध्या लो जप लो बेनती कर लो रहमत दे घर दे विच आ करके हो सकदा अपनी शब्दा पूरी कर देवे। सच्चे पातशाह फिर कीता की जावे ते महाराज सच्चे पातशाह कृपा करदे ने भाई गुरु बिना गत नहीं ते शाह बिना पत नहीं, गुरु चंगा मिल जाए ते रस्ता सौखा लभ जांदा। हुण अज दी दुनिया दी विद्या दा आधार देख लो भी 2 दूनी 4 ते 3 दूनी 6 तद ही गिणांगे जे पहला किसे गुरु ने सिखाया होवे, ते जे किसे गुरु तो उड़े आड़े दा ज्ञान नहीं लिया ABC सीखी नहीं ते डाक्टर वकील ते बाद च बनेगा, पहला ABC सीखनी पैनी, फिर हौली हौली कक्का कार सीखनी पैनी, CA कार सीखनी पैनी, तो फिर जा करके अपनी बुद्धि का विकास करेगा तो उन्होंने अखरों के जोड़ तोड़ करता होया जिन्नी मर्जी मंजिला मार लै, पर पहला नर्सरी स्कूल जाना पेगा। तो जेकर कोई यह दावा करे भी मैं तो जाता नहीं, भाई फिर तुरै फिर तेरी मर्जी है, चला जाएगा तो जरा सौखा सीख लेंगा, तो जे नहीं जाएगा तो धक्के धोड़े खा के जिन्ना क समझ आऊ फिर समझ ही जाई। फिर महाराज कहिंदे भाई पूरा गुरु मिल जाए तो रस्ता सौखा लभ जाता। हुण इत्थों आपां लंडन नूं जाना होवे ते जिहड़े गुरमुख जांदे आउंदे रहिंदे ने उन्हां नूं पता भी भाई कि रोड फड़नी किहड़ा मोटरवे लैणा, ते जिहड़ा मेरे वर्गा अजे नहीं कदे गया ते उह सोचदा भी मैं हुण करां की, जां ते किसे नूं नाल लै जावां जिहड़ा पहलां कदे जा आया होवे ते जां किसे तों रस्ता पुछ लवां भी सौखा रस्ता किहड़ा, ते जिहड़ा संगत जी पहुंचा होवे जां जा आया होवे ते उह सिद्धा समझा जांदा भी भाई इस पासे तों इस पासे नूं चला जाई सिद्धा पहुंच जाएगा, ते जे नहीं पुछेगा किसे नूं ते अपनी मर्जी दे नाल पहुंच ते जाएगा औखा सौखा, पर जरा 2-4 घंटे इधर उधर भटकता पुठे सीधे राह तो होंदा फिर चले जाएगा। सो महाराज कहिंदे भाई पूरा गुरु मिल पवे तो जरा सीधा पहुँच जाएगा, तो जेकर कोई अधूरा मिल जाए तो रस्ते दे धक्के धोड़े खाई जाओ। फिर ये महाराज कहिंदे माता जी बेनती करो अकाल पुरख नूं सच्चे पातशाह किवें करिए, तुसीं रस्ता भी दसो समझाओ जिहड़ी सुनी जाए। तो सतगुरु महाराज जी ने बेनती की, कहिंदे माता जी आदि श्री गुरु ग्रंथ साहिब महाराज जी का अखंड जाप किया जाए। सो पहला श्री अखंड पाठ साहिब गुरु तेग बहादुर माता वाहिगुरु महाराज ते माता जी ने रल करके आप अखंड रूप दे विच संगत जी संपूर्ण किया। सतगुरु महाराज जी दे चरणा च अरदास बेनती की, हुक्मनामा आया, सारे का सारा इतिहास अपने कोल है, हुक्मनामे किहड़े आए ने पर मेरा प्रसंग नहीं। सो सतगुरु महाराज ने अकाल पुरख के चरणा च बेनती की, सतगुरु महाराज जी ने अरदास बेनती सुन करके माता जी के उदर विखे गुरु कलगीधर पिता महाराज जी की दात बख्शिश कर दी।
ਸੋ ਸਿੱਖ ਪੰਥ ਦੇ ਅੰਦਰ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਮਾਤਾ ਜੀ ਨੇ ਆਪ ਕੀਤਾ, ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਅਤੇ ਅੱਜ ਜਦੋਂ ਮੈਂ ਵੇਖਦਾ ਵੀ ਬੜੇ ਸੋਹਣੇ ਸੋਹਣੇ ਕੱਪੜੇ ਪਾ ਕੇ, ਮਾਲਾ ਉੱਪਰ ਦੀ ਦੋ ਚਾਰ ਪਾ ਕੇ, ਅਤੇ ਇਹ ਗੱਲ ਦਾ ਖੰਡਨ ਕਰਨ ਲੱਗਿਆ, ਮਿੰਟ ਨਹੀਂ ਲਾਉਂਦੇ ਸਟੇਜ 'ਤੇ, ਜੀ ਅਖੰਡ ਪਾਠ ਦੀ ਤਾਂ ਮਰਿਆਦਾ ਹੀ ਹੈ ਨਹੀਂ ਕੋਈ ਪੰਥ 'ਚ, ਇਹ ਤਾਂ ਜੀ ਐਵੇਂ ਗੁਰੂ ਕੇ ਵਜ਼ੀਰਾਂ ਨੇ ਚਲਾ ਲਈ ਵੀ ਸਾਡੀ ਰੋਟੀ ਚਲਦੀ ਰਹੇ। ਉਹ ਭਾਈ ਸਿੱਖੋ ਕਿਤੇ ਇਤਿਹਾਸ ਪੜ੍ਹ ਲਓ, ਗੁਰੂ ਤੋਂ ਪੁੱਛ ਲਓ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਦੇਵੇ, ਸਾਨੂੰ ਵੀ ਸੋਝੀ ਆ ਜਾਏ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਖੰਡ ਪਾਠ ਸਾਹਿਬ ਜੀ ਦੀ ਮਰਿਆਦਾ ਉਸ ਵਕਤ ਪ੍ਰਾਰੰਭ ਕੀਤੀ ਕਿ ਗੁਰੂ ਦੇ ਚਰਨਾਂ 'ਚ ਅਖੰਡ ਪਾਠ ਜਾਪ ਕਰਕੇ ਸਤਿਗੁਰੂ ਤੋਂ ਦਾਤ ਮੰਗੀ ਜਾਵੇ ਅਤੇ ਮਹਾਰਾਜ ਬਖਸ਼ਿਸ਼ਾਂ ਪਿਆਰਿਆ ਕਰ ਦਿੰਦੇ। ਰਹੋ ਵਿਚਾਰ ਸਮਾਂ ਆਇਆ, ਸਤਿਗੁਰੂ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦਾ ਆਗਮਨ ਸੰਸਾਰ 'ਤੇ ਹੋਇਆ। ਸਤਿਗੁਰੂ ਮਹਾਰਾਜ ਲਿਖਦੇ ਨੇ ਕਿ ਭਾਈ ਨਿਰੰਕਾਰ ਦੇ ਚਰਨਾਂ ਦੇ ਅੰਦਰ ਅਸੀਂ ਬੇਨਤੀ ਕੀਤੀ ਵੀ ਅਸੀਂ ਸੰਸਾਰ 'ਤੇ ਨਹੀਂ ਜਾਣਾ ਚਾਹੁੰਦੇ। ਜਿਤਨਾ ਭਇਓ ਹਮਰੋ ਆਵਨ ਕਹਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਅਤੇ ਕਹਿੰਦੇ ਭਾਈ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਸੀਂ ਜੁੜੇ ਰਹਿਣਾ ਚਾਹੁੰਦੇ ਸੀ, ਪਰ ਅਕਾਲ ਪੁਰਖ ਨੇ ਹੁਕਮ ਕੀਤਾ ਜਾਏ ਤਹਾਂ 'ਤੇ ਪੰਥ ਚਲਾਓ, ਕੁਬੁੱਧ ਕਰਨ 'ਤੇ ਲੋਕ ਹਟਾਓ। ਕਹਿੰਦੇ ਮਹਾਰਾਜ ਕਹਿੰਦੇ ਭਾਈ ਕੁਬੁੱਧ ਕਰਨ ਤੋਂ, ਮਾੜੀ ਮਤ ਤੋਂ ਛੁਟਕਾਰਾ ਕਰਨਾ ਅਤੇ ਪੰਥ ਚਲਾਉਣਾ, ਤੁਹਾਨੂੰ ਸੰਸਾਰ 'ਤੇ ਜਾਣਾ ਪੈਣਾ। ਮੈਂ ਸੰਖੇਪ ਰੂਪ 'ਚ ਬੇਨਤੀ ਕਰਦੇ ਮਾਂ। ਮਹਾਰਾਜ ਕਹਿੰਦੇ ਠਾਂਡ ਪਿਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਮਹਾਰਾਜ ਮੇਰੀ ਕੀ ਔਕਾਤ, ਮੇਰਾ ਕੀ ਬਲ ਵੀ ਮੈਂ ਪੰਥ ਚਲਾ ਸਕਾਂ। ਸਤਿਗੁਰੂ ਤੁਹਾਡੇ ਚਰਨਾਂ 'ਚ ਅਰਜੋਈ ਹੈ, ਪੰਥ ਪ੍ਰਗਟ ਤਾਂ ਹੋਏਗਾ ਜੇ ਤੁਸੀਂ ਕਿਰਪਾ ਕਰੋਗੇ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਇਸ ਪ੍ਰਕਾਰ ਵਾਹਿਗੁਰੂ ਮਹਾਰਾਜ ਜੀ ਨੇ ਸਾਨੂੰ ਸਮਝਾ ਕਰਕੇ, ਜੋ ਤੋਂ ਪ੍ਰਭ ਮੋਕੋ ਸਮਝਾਇਓ, ਇਹ ਕਹਿ ਕੇ ਇਹ ਲੋਕ ਪਠਾਇਓ। ਫਿਰ ਇਸ ਲੋਕ ਦੇ ਅੰਦਰ ਸਾਨੂੰ ਸਤਿਗੁਰੂ ਨਿਰੰਕਾਰ ਨੇ ਕਿਰਪਾ ਕਰਕੇ ਪਠਾਇਆ ਅਤੇ ਪੰਥ ਚਲਾਉਣ ਦੀ ਤਾਕਤ ਕੋਸ਼ਿਸ਼ ਕਰ ਦਿੱਤੀ। ਮਹਾਰਾਜ ਨੇ ਖਾਲਸਾ ਪੰਥ ਪ੍ਰਗਟ ਕੀਤਾ, ਰਹਿਤਾਂ ਕੁਰਹਿਤਾਂ ਤੋਂ ਸਾਨੂੰ ਵਰਜਿਤ ਕੀਤਾ, ਪੰਥ ਦੀ ਚੜ੍ਹਦੀ ਕਲਾ ਦਾ ਸਿਧਾਂਤ ਬਖਸ਼ਿਸ਼ ਕੀਤਾ। ਹੁਣ ਆ ਜਾਈਏ ਸੰਗਤ ਜੀ ਕਿ ਪੰਥ ਦੇ ਅੰਦਰ ਚੱਲ ਰਹੀਆਂ ਦੋ ਮਰਿਆਦਾਵਾਂ ਦਾ ਤਾਂ ਮੈਂ ਆਪ ਜੀ ਦੇ ਨਾਲ ਜ਼ਿਕਰ ਕਰ ਦਿੱਤਾ। ਅਤੇ ਪਹਿਲੇ ਦਿਨ ਤੋਂ ਲੈ ਕਰਕੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਹਿਲੀ ਮੁਲਾਕਾਤ ਭਾਈ ਮਰਦਾਨਾ ਜੀ ਦੇ ਨਾਲ ਹੋਈ ਨਾ, ਕਿਉਂਕਿ ਗੁਰਸਿੱਖ ਕਈ ਵਾਰ ਸਵਾਲ ਐਸਾ ਕਰ ਦਿੰਦੇ ਆ ਵੀ ਮਨ ਨੂੰ ਬੜੀ ਹੈਰਾਨੀ ਜਿਹੀ ਹੁੰਦੀ ਵੀ ਜੇ ਗੁਰੂ ਨਾਨਕ ਦਾ ਸਿੱਖ ਹੈ ਤਾਂ ਤੈਨੂੰ ਇਹ ਸਵਾਲ ਕਰਨਾ ਨਹੀਂ ਬਣਦਾ ਸੀ। ਕਹਿੰਦੇ ਜੀ ਮਹਾਰਾਜ ਨੇ ਕਿੱਥੇ ਕਿਹਾ ਵੀ ਕੇਸ ਰੱਖੋ। ਭਾਈ ਮਰਦਾਨਾ ਜੀ ਨੇ ਜਦੋਂ ਦਰਸ਼ਨ ਕੀਤੇ, ਮਹਾਰਾਜ ਕਹਿੰਦੇ ਭਾਈ ਮਰਦਾਨਿਆ ਸੰਸਾਰ ਦੇ ਅੱਗੇ ਰਬਾਬ ਵਜਾ ਕੇ ਮੰਗਦਾ ਅਤੇ ਡੰਗ ਦੋ ਡੰਗ ਸਰਦੇ ਆ, ਅਤੇ ਜੇ ਤੈਨੂੰ ਨਿਰੰਕਾਰ ਦਾ ਡੂਮ ਬਣਾ ਦੇਈਏ, ਨਿਰੰਕਾਰ ਦੀ ਰਬਾਬ ਫੜਾ ਦੇਈਏ ਅਤੇ ਸਦਾ ਸਦਾ ਵਾਸਤੇ ਖਜ਼ਾਨੇ ਭਰਪੂਰ ਹੋ ਜਾਣ। ਕਹਿੰਦਾ ਮਹਾਰਾਜ ਤੁਸੀਂ ਲੈ ਚੱਲੋ। ਸਤਿਗੁਰੂ ਮਹਾਰਾਜ ਨੇ ਵਚਨ ਕੀਤਾ, ਨਾਲ ਤੁਰ ਪਿਆ ਅਤੇ ਮਹਾਰਾਜ ਨੇ ਪਹਿਲੇ ਦਿਨ ਹੀ ਸਿਧਾਂਤ ਦ੍ਰਿੜ ਕਰਾ ਦਿੱਤਾ। ਕਹਿੰਦੇ ਭਾਈ ਮਰਦਾਨਾ ਜੀ, ਜੇਕਰ ਸਾਡੇ ਨਾਲ ਰਹਿਣਾ ਤਾਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਨੇ, ਕੇਸ ਨਹੀਂ ਕੱਟਣੇ ਭਾਈ, ਰੋਮ ਨਹੀਂ ਕੱਟਣੇ ਸਰੀਰ ਤੋਂ। ਹੁਣ ਦਸਵੇਂ ਜਾਮੇ 'ਚ ਆ ਕੇ ਅਤੇ ਮਹਾਰਾਜ ਨੇ ਪਰਪੱਕਤਾ ਹੀ ਬਖਸ਼ਿਸ਼ ਕਰ ਦਿੱਤੀ ਨਾ ਗੁਰੂ ਕੇ ਖਾਲਸੇ ਨੂੰ, ਪਰ ਇਹ ਰੀਤ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲੇ ਜਾਮੇ ਤੋਂ ਚਲਾ ਦਿੱਤੀ। ਅਤੇ ਅੱਜ ਜਦੋਂ ਅਸੀਂ ਆਪਣੇ ਆਪ ਨੂੰ ਸੱਚਾ ਸਾਬਤ ਕਰ ਲਈਏ, ਗੱਲ ਕਹਿੰਦੇ ਜੀ ਕਿੱਥੇ ਲਿਖਿਆ, ਭਾਈ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛ ਲਓ। ਇੱਕ ਤੁਹਾਡਾ ਸ਼ੰਕਾ ਹੋਰ ਦੂਰ ਕਰਦੇ ਹਾਂ, ਹੋ ਸਕਦਾ ਦਾਸ ਦੀ ਕਿਸੇ ਬੇਨਤੀ 'ਤੇ ਆਪ ਜੀ ਨੂੰ ਸਹਿਮਤੀ ਨਾ ਹੋਵੇ ਜਾਂ ਲੱਗੇ ਵੀ ਭਾਈ ਸ਼ਾਇਦ ਬਣੀਆਂ ਬਣਾਈਆਂ ਗੱਲਾਂ ਨੇ, ਪਰ ਗੁਰੂ ਤਾਂ ਪੂਰਾ ਨਾ, ਗੁਰੂ ਤਾਂ ਅਧੂਰਾ ਨਹੀਂ। ਵਿਸ਼ਵਾਸ ਕਰਕੇ, ਭਰੋਸਾ ਕਰਕੇ, ਅਰਦਾਸ ਕਰਕੇ ਅਤੇ ਮਹਾਰਾਜ ਦਾ ਹੁਕਮਨਾਮਾ ਲੈ ਲਓ। ਸੱਚੇ ਪਾਤਸ਼ਾਹ ਨੂੰ ਸਿੱਧਾ ਸਿੱਧਾ ਪੁੱਛ ਲਓ ਵੀ ਮਹਾਰਾਜ ਇਹ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਅਤੇ ਮੈਂ ਗੁਰੂ ਦੀ ਭੈ ਭਾਵਨਾ 'ਚ ਬਹਿ ਕੇ ਵਚਨ ਕਰਦਾ, ਮੈਨੂੰ ਮੇਰੇ ਗੁਰੂ 'ਤੇ ਭਰੋਸਾ ਵੀ ਤੁਹਾਨੂੰ ਤੁਹਾਡਾ ਉੱਤਰ ਮੇਰਾ ਸੱਚੇ ਪਾਤਸ਼ਾਹ ਦੇ ਦਿਓ। ਜੇ ਕਿਸੇ ਨੂੰ ਨਹੀਂ ਯਕੀਨ ਭਾਈ ਉੱਪਰ ਅੱਗੇ ਵੇਖ ਲੈ। ਤੋ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਕਿ ਰਹਿਤਾਂ ਅਤੇ ਕੁਰਹਿਤਾਂ ਬਖਸ਼ਿਸ਼ ਕਰ ਦਿੱਤੀਆਂ ਅਤੇ ਸੰਗਤ ਜੀ ਜਦੋਂ ਪੰਥ ਚਲਾ ਦਿੱਤਾ ਅਤੇ ਮਹਾਰਾਜ ਨੇ ਉਸੇ ਦਿਨ ਤੋਂ ਦ੍ਰਿੜ ਕਰਾ ਦਿੱਤਾ ਕਿ ਭਾਈ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ, ਸੰਧਿਆ ਵੇਲੇ ਦੀਆਂ ਤਿੰਨ ਬਾਣੀਆਂ, ਸਤਿਗੁਰੂ ਮਹਾਰਾਜ ਜੀ ਦੇ ਕੀਰਤਨ ਸੋਹਲਾ ਸਮੇਤ ਬਾਣੀ ਪੜ੍ਹ ਕੇ ਗੁਰਸਿੱਖ ਦਾ ਨਿਤਨੇਮ ਪੂਰਾ ਹੁੰਦਾ। ਅਤੇ ਸਤਿਗੁਰੂ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਬਹੁਤ ਤਿਆਰ ਕਰਨ ਵੇਲੇ ਵੀ ਪੰਜ ਬਾਣੀਆਂ ਪੜ੍ਹੀਆਂ। ਚਲੋ ਅੱਜ ਦਾ ਮੇਰਾ ਇਹ ਵਿਸ਼ਾ ਨਹੀਂ, ਅਤੇ ਜੇ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਾਹਰ ਇੱਕ ਅੱਖਰ ਵੀ ਅਸੀਂ ਮੰਨਣ ਨੂੰ ਤਿਆਰ ਨਹੀਂ, ਅੱਜ ਨਾਰਾ ਕੀ ਦਿੱਤਾ ਜਾਂਦਾ ਜੀ, ਇੱਕ ਗ੍ਰੰਥ ਅਤੇ ਇੱਕ ਪੰਥ, ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਗੈਰ ਅਸੀਂ ਹੋਰ ਕਿਸੇ ਨੂੰ ਮੰਨਦੇ ਕੱਖ ਨਹੀਂ। ਅਤੇ ਭਾਈ ਦਸਵੇਂ ਪਾਤਸ਼ਾਹ ਨੇ ਫਿਰ ਜਦੋਂ ਤਿੰਨ ਬਾਣੀਆਂ ਅੰਮ੍ਰਿਤ ਸੰਚਾਰ ਵੇਲੇ ਪੜ੍ਹੀਆਂ ਅਤੇ ਉਹ ਸਤਿਗੁਰੂ ਮਹਾਰਾਜ ਜੀ ਕਿੱਥੋਂ ਲੈ ਕੇ ਆਏ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੀ ਤਾਂ ਦਰਜ ਹੈ ਨਹੀਂ, ਜਾਪ ਸਾਹਿਬ ਸਵਈਏ ਚੌਪਈ ਸਾਹਿਬ। ਅਤੇ ਜੇਕਰ ਮਹਾਰਾਜ ਜੀ ਨੇ ਉਹ ਬਾਣੀਆਂ ਰਚੀਆਂ ਸੀ ਅਤੇ ਤਦੇ ਸਤਿਗੁਰੂ ਮਹਾਰਾਜ ਜੀ ਨੇ ਸ਼ਾਮਿਲ ਕੀਤੀਆਂ, ਅਤੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ ਕਿ ਭਾਈ ਤੇਰਾ ਨਿਤਨੇਮ ਇਹਨਾਂ ਤੋਂ ਬਗੈਰ ਪੂਰਾ ਨਹੀਂ।
ਤੇ ਅੱਜ ਸੰਗਤ ਜੀ ਅਸੀਂ ਆਪਣੇ ਨਿਤਨੇਮ ਨੂੰ ਵਧਾ ਘਟਾ ਕੇ ਆਪਣੀ ਮਰਜ਼ੀ ਅਨੁਸਾਰ ਕਰੀਏ ਤੇ ਫਿਰ ਗੁਰੂ ਦੇ ਹੁਕਮ ਤੋਂ ਆਕੀ ਮੰਨੇ ਜਾਵਾਂਗੇ। ਇੱਕ ਛੋਟੀ ਜਿਹੀ ਬੇਨਤੀ ਕਰ ਦੇਵਾਂ, ਮੈਂ ਪੰਜਾਬ ਦੀ ਧਰਤੀ 'ਤੇ ਗਿਆ ਅਤੇ ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਪਾਠ ਕਰ ਰਿਹਾ ਸੀ ਅਤੇ ਮੈਂ ਉੱਠਿਆ ਵੀ ਚਲੋ ਨਮਸਕਾਰ ਕਰਕੇ ਆਈਏ ਅਤੇ ਜਦੋਂ ਮੈਂ ਉੱਠਿਆ ਅਤੇ ਜਪਜੀ ਸਾਹਿਬ ਜੀ ਦਾ ਜਾਪ ਸਿੰਘ ਨੇ ਸ਼ੁਰੂ ਕੀਤਾ, ਇਸ਼ਨਾਨ ਪਾਨ ਕੀਤਾ ਅਤੇ ਮੈਂ ਵਸਤਰ ਬਦਲੇ ਅਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਗਿਆ ਅਤੇ ਮੇਰੇ ਜਾਂਦੇ ਨੂੰ ਸੁਖਮਨੀ ਸਾਹਿਬ ਚੱਲੇ ਅਤੇ ਸੁਖਮਨੀ ਸਾਹਿਬ ਵੀ ਜਿਹੜਾ ਮਤਲਬ ਵੀ ਅੱਧ ਦੇ ਵਿੱਚ ਪਾਠ ਪਹੁੰਚ ਚੁੱਕਾ ਸੀ ਅਤੇ ਮੈਂ ਬੜਾ ਹੈਰਾਨ ਹੋਇਆ ਵੀ ਜਾਂ ਤਾਂ ਸਿੰਘ ਪਾਠ ਬੜਾ ਫੁਰਤੀ ਨਾਲ ਕਰਦਾ ਅਤੇ ਜਾਂ ਮੈਂ ਹੀ ਕਿਤੇ ਇੰਨਾ ਲੇਟ ਹੋ ਗਿਆ ਵੀ ਮੇਰੇ ਇਸ਼ਨਾਨ ਕਰਨ ਦੇ ਵਿੱਚ ਵਿੱਚ ਪੰਜ ਬਾਣੀਆਂ ਦਾ ਜਾਪ ਕਰਕੇ ਅਤੇ ਅੱਧਾ ਪਾਠ ਸੁਖਮਨੀ ਸਾਹਿਬ ਦਾ ਵੀ ਕਰ ਲਿਆ ਸਿੰਘ ਨੇ। ਅਤੇ ਚਲੋ ਮੈਂ ਜਾ ਕੇ ਜਦੋਂ ਇਸ਼ਨਾਨ ਪਾਨ ਕਰਕੇ ਗਿਆ, ਨਮਸਕਾਰ ਕਰਕੇ ਉੱਠਿਆ ਅਤੇ ਸਿੰਘ ਨੇ ਨਿਤਨੇਮ ਦਾ ਆਪਣਾ ਸੰਪੂਰਨਤਾ ਕੀਤੀ। ਆਨੰਦ ਸਾਹਿਬ ਪੜ੍ਹ ਕੇ ਜਦੋਂ ਅਰਦਾਸ ਕੀਤੀ ਤਾਂ ਮੈਂ ਕਿਹਾ ਭਾਈ ਸਾਹਿਬ ਵੀ ਮੈਂ ਬੇਨਤੀ ਇੱਕ ਕਰਨੀ ਵੀ ਜੇ ਬੁਰਾ ਨਾ ਮੰਨੋ ਤਾਂ ਪੁੱਛ ਸਕਦਾ? ਕਹਿੰਦੇ ਜੀ ਪੁੱਛੋ। ਮੈਂ ਕਿਹਾ ਜੀ ਬੜੀ ਫੁਰਤੀ ਦੇ ਨਾਲ ਤੁਸੀਂ ਪਾਠ ਕੀਤਾ, ਜਾਪ ਕੀਤਾ, ਵੀ ਇੰਨੀ ਜਲਦੀ ਜਲਦੀ ਕਿੱਦਾਂ? ਕਹਿੰਦੇ ਜੀ ਸਾਡੀ ਮਰਿਆਦਾ ਇਹ ਆ ਵੀ ਜਪਜੀ ਸਾਹਿਬ ਕਰਕੇ ਅਤੇ ਦੋ ਪੌੜੀਆਂ ਸ਼੍ਰੀ ਸੁਖਮਨੀ ਸਾਹਿਬ ਜੀ ਦੀਆਂ ਕਰ ਲਈ ਦੀਆਂ ਅਤੇ ਫਿਰ ਆਨੰਦ ਸਾਹਿਬ ਪੜ੍ਹ ਦੇਣਾ। ਮੈਂ ਕਿਹਾ ਜੀ ਇਹ ਕਿਹੜੀ ਮਰਿਆਦਾ ਜਾਂ ਕਿੱਥੋਂ ਦੀ ਮਰਿਆਦਾ ਦਾ ਪਾਲਣ ਹੋ ਰਿਹਾ? ਕਹਿੰਦੇ ਜੀ ਨਹੀਂ, ਸੰਗਤ ਇੱਥੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਆ, ਬਹੁਤਾ ਸਮਾਂ ਬਹਿ ਨਹੀਂ ਸਕਦੀ, ਇਸ ਕਰਕੇ ਪੰਜ ਬਾਣੀਆਂ ਪੂਰੀਆਂ ਨਹੀਂ ਪੜ੍ਹੀਦੀਆਂ, ਜਪਜੀ ਸਾਹਿਬ ਕਰਕੇ ਅਤੇ ਦੋ ਅਸ਼ਟਪਦੀਆਂ ਪੜ੍ਹ ਦੇ ਦੀਆਂ ਅਤੇ ਫਿਰ ਨਾਲ ਸਮਾਪਤੀ ਕਰ ਦੇ। ਆਹ ਸਾਡਾ ਅੱਜ ਦਾ ਹਾਲ ਹੈ। ਅਤੇ ਮੈਂ ਕਿਹਾ ਜੀ ਚਲੋ ਮੈਂ ਕੋਈ ਮਰਿਆਦਾ ਸਿਖਾਲਣ ਨਹੀਂ ਆਇਆ ਤੁਹਾਨੂੰ, ਕਿਉਂਕਿ ਹੋ ਸਕਦਾ ਵੀ ਮੇਰਾ ਪਹਿਰਾਵਾ ਦੇਖ ਕੇ ਤੁਹਾਨੂੰ ਭੁਲੇਖਾ ਪੈ ਜਾਵੇ, ਵੀ ਪਤਾ ਨਹੀਂ ਕਿਸੇ ਜਥੇ ਦੀ ਮਰਿਆਦਾ ਪ੍ਰਚਾਰ ਕਰਨ ਆਏ ਆ ਜਾਂ ਕਿਸੇ ਗੱਲ 'ਤੇ ਲੈਕਚਰ ਕਰਨ ਆਏ ਆ। ਮੈਂ ਕਿਹਾ ਜੀ ਮੈਂ ਤਾਂ ਜਾਣਕਾਰੀ ਵਾਸਤੇ ਪੁੱਛਿਆ। ਅਤੇ ਸੰਗਤ ਜੀ ਜੋ ਗੁਰੂ ਦਾ ਹੁਕਮ ਸੀ ਭਾਵ ਉਹਦੇ ਤੋਂ ਆਕੀ ਹੋ ਕਰਕੇ ਇਹੋ ਜਿਹੇ ਕਾਰਜ ਅੱਜ ਹੋ ਰਹੇ ਨੇ ਜਿਹੜੇ ਮੈਂ ਅੱਖੀਂ ਦੇਖੇ, ਮੈਂ ਗਵਾਹ ਹਾਂ। ਅਤੇ ਕੱਲ੍ਹ ਨੂੰ ਫਿਰ ਆਪਾਂ ਬੇਨਤੀ ਕਰਾਂਗੇ ਵੀ ਮਹਾਰਾਜ ਸਾਡੀ ਬੌੜੀ ਕਰੋ, ਸਾਡੀ ਸੁਣ ਲਓ। ਅਤੇ ਸਤਿਗੁਰੂ ਫਿਰ ਕਿੱਦਾਂ ਬੌੜੇ, ਕਿੱਦਾਂ ਸੁਣ ਲਵੇ? ਤੇਰੇ ਕੋਲ ਤਾਂ ਇੰਨਾ ਵੀ ਸਮਾਂ ਹੈ ਨਹੀਂ ਵੀ ਪੰਜ ਬਾਣੀਆਂ ਦਾ ਨਿਤਨੇਮ ਕਰ ਸਕੇ। ਅਤੇ ਦਾਤਾ ਮੰਗਦਾ ਵੀ ਮਹਾਰਾਜ ਸੰਸਾਰ ਅਤੇ ਬਾਕੀ ਹੋਰ ਕਿਸੇ ਨੂੰ ਕੁਝ ਮਿਲੇ ਨਾ ਮਿਲੇ, ਸਾਰਾ ਕੁਝ ਮੇਰੀ ਝੋਲੀ ਪਾ ਦਿਓ। ਸੋ ਸਤਿਗੁਰੂ ਕਿਰਪਾ ਕਰਦੇ ਨੇ ਭਾਈ, ਮਰਿਆਦਾ ਸਤਿਗੁਰੂ ਮਹਾਰਾਜ ਨੇ ਦ੍ਰਿੜ ਕਰਾ ਦਿੱਤੀ ਅਤੇ ਪਹਿਲੇ ਦਿਨ ਤੋਂ ਲੈ ਕਰਕੇ ਪੰਥ ਉਸੇ ਮਰਿਆਦਾ ਦਾ ਪਾਲਣ ਕਰਦਾ ਆਇਆ। ਸਮਾਂ ਪਾ ਕਰਕੇ ਮਰਿਆਦਾ ਕਿਵੇਂ ਬਦਲੀ, ਵਾਧੇ ਘਾਟੇ ਕਿਵੇਂ ਹੋਏ, ਇੱਕ ਵੱਖਰਾ ਵਿਸ਼ਾ। ਸਤਿਗੁਰੂ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਚੱਲਦੇ ਚੱਲਦੇ ਸੰਸਾਰ ਨੂੰ ਉਤਾਰਦੇ ਜੰਗਾਂ ਯੁੱਧਾਂ ਦੇ ਸਮੇਂ ਦੇ ਵਿੱਚੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਦਿਨ ਬੈਠੇ ਵਿਚਰ ਰਹੇ ਨੇ ਅਤੇ ਗੁਰਸਿੱਖ ਬਾਣੀ ਪੜ੍ਹ ਰਿਹਾ ਅੰਮ੍ਰਿਤ ਵੇਲੇ ਅਤੇ ਬਾਣੀ ਦਾ ਉਚਾਰਨ ਸ਼ੁੱਧ ਨਹੀਂ ਕੀਤਾ। ਸਤਿਗੁਰੂ ਮਹਾਰਾਜ ਜੀ ਦੇ ਕੰਨੀ ਬਾਣੀ ਪਈ। ਸਤਿਗੁਰੂ ਜੀ ਨੇ ਦੂਜੇ ਸਿੱਖ ਨੂੰ ਹੁਕਮ ਕੀਤਾ, ਕਹਿੰਦੇ ਭਾਈ ਜਾਓ ਜਾ ਕੇ ਉਹ ਸਿੱਖ ਨੂੰ ਤਾੜਨਾ ਕਰੋ ਵੀ ਬਾਣੀ ਸ਼ੁੱਧ ਪੜ੍ਹ। ਉਸ ਸਿੱਖ ਨੇ ਸੰਗਤ ਜੀ ਦੁਬਾਰਾ ਫਿਰ ਪੰਕਤੀ ਉਸੇ ਤਰ੍ਹਾਂ ਉਚਾਰਨ ਕਰ ਦਿੱਤੀ ਅਤੇ ਤੁਹਾਨੂੰ ਪਤਾ ਵੀ ਹੁਣ ਮੇਰੇ ਵਰਗੇ ਨੂੰ ਮਾੜੀ ਜੀ ਸ਼ਾਬਾਸ਼ ਮਿਲ ਜਾਏ ਕਿਤੇ, ਮਹਾਰਾਜ ਮੈਨੂੰ ਕਹਿ ਦੇਣ ਵੀ ਜਾ ਕੇ ਉਹਨੂੰ ਸਮਝਾ। ਮਹਾਰਾਜ ਨੇ ਤਾਂ ਸਮਝਾਉਣ ਨੂੰ ਕਿਹਾ ਅਤੇ ਮੈਂ ਦੋ ਚਾਰ ਚਪੇੜਾਂ ਐਵੇਂ ਛੱਡ ਦੇਣੀਆਂ ਵੀ ਗੁਰੂ ਸਾਹਿਬ ਨੇ ਮੈਨੂੰ ਹੁਕਮ ਕੀਤਾ ਵੀ ਤੂੰ ਮੈਂ ਤੈਨੂੰ ਮੈਂ ਸੁਧਾਰ ਦਿੰਦਾ। ਸੋ ਉਹ ਸਿੰਘ ਨੇ ਜਾ ਕੇ ਜੀ ਅਤੇ ਉਸ ਸਿੰਘ ਦੇ ਲਾ ਦਿੱਤੀ ਇੱਕ ਵੀ ਤੂੰ ਬਾਣੀ ਸਹੀ ਨਹੀਂ ਪੜ੍ਹਦਾ। ਚਲੋ ਉਸ ਸਿੰਘ ਨੇ ਨਿਤਨੇਮ ਕੀਤਾ, ਦੀਵਾਨ ਸੱਜੇ ਮਹਾਰਾਜ ਆ ਕੇ ਬੈਠੇ ਅਤੇ ਉਹ ਸਿੰਘ ਨੀਵੀਂ ਪਾ ਕੇ ਪਿੱਛੇ ਬੈਠਾ ਰਿਹਾ ਅਤੇ ਮਹਾਰਾਜ ਨੇ ਦੇਖ ਕੇ ਆਵਾਜ਼ ਮਾਰੀ, ਕਹਿੰਦੇ ਸਿੰਘਾ ਕੀ ਗੱਲ ਹੈ? ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਜਾਗਦਿਆਂ ਜਾਗਦਿਆਂ ਹਜ਼ੂਰ ਤੁਹਾਡੇ ਹੁੰਦਿਆਂ ਹੁੰਦਿਆਂ ਬਾਣੀ ਪੜ੍ਹਦਿਆਂ ਦੇ ਚਪੇੜਾਂ ਪੈ ਰਹੀਆਂ ਅਤੇ ਸਤਿਗੁਰੂ ਮਹਾਰਾਜ ਜੇ ਤੁਸੀਂ ਨਾ ਹੋ ਤਾਂ ਫਿਰ ਸਿੱਖਾਂ ਦਾ ਹਾਲ ਕੀ ਹੋਵੇ? ਅਤੇ ਮਹਾਰਾਜ ਕਹਿੰਦੇ ਭਾਈ ਸਿੱਖਾਂ ਤੈਨੂੰ ਪਤਾ ਵੀ ਤਾੜਨਾ ਕਿਉਂ ਕੀਤੀ ਤੈਨੂੰ? ਕਹਿੰਦਾ ਜੀ ਨਹੀਂ। ਮਹਾਰਾਜ ਕਹਿੰਦੇ ਤੂੰ ਭਾਈ ਬਾਣੀ ਗਲਤ ਪੜ੍ਹ ਰਿਹਾ ਸੀ, ਪੰਕਤੀਆਂ ਦਾ ਉਚਾਰਨ ਸ਼ੁੱਧ ਨਹੀਂ ਕੀਤਾ। ਕਰਦੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਅਤੇ ਕੀ ਜਾਣੇ ਗੁਰਸੂਰਾ, ਅਰਥ ਬਦਲ ਜਾਂਦੇ ਨੇ। ਲਾਵਾਂ ਦੁਲਾਵਾਂ ਦੇ ਨਾਲ ਅਰਥ ਬਦਲ ਜਾਂਦੇ ਨੇ, ਔਂਕੜ ਦੁਲੈਂਕੜ ਦੇ ਨਾਲ ਅਰਥ ਬਦਲ ਜਾਂਦੇ ਨੇ। ਅਤੇ ਮਹਾਰਾਜ ਕਹਿੰਦੇ ਭਾਈ ਤੂੰ ਪੰਕਤੀ ਸ਼ੁੱਧ ਨਹੀਂ ਉਚਾਰਨ ਕੀਤੀ, ਇਸੇ ਕਰਕੇ ਤਾੜਨਾ ਕੀਤੀ। ਅਤੇ ਕਹਿੰਦਾ ਸਿੰਘ ਮਹਾਰਾਜ ਵੀ ਸਾਨੂੰ ਹੁਣ ਕਿਵੇਂ ਪਤਾ ਲੱਗੇ ਵੀ ਸ਼ੁੱਧ ਉਚਾਰਨ ਕੀ ਹੈ? ਸਾਨੂੰ ਤਾਂ ਜਿਵੇਂ ਚੰਗਾ ਲੱਗਾ ਮਹਾਰਾਜ ਆਪਣੇ ਜਿੱਤੋਂ ਤਾਂ ਅਸੀਂ ਸੋਧ ਕੇ ਹੀ ਪੜ੍ਹਿਆ, ਪਰ ਜੇ ਸਾਨੂੰ ਸੰਥਿਆ ਮਿਲ ਜਾਵੇ, ਸਾਨੂੰ ਕੋਈ ਸਿਖਾ ਦੇਵੇ ਤਾਂ ਸਾਨੂੰ ਪਤਾ ਲੱਗ ਜੇ ਵੀ ਸੱਚੇ ਪਾਤਸ਼ਾਹ ਸ਼ੁੱਧ ਉਚਾਰਨ ਕੀ। ਅਤੇ ਮਹਾਰਾਜ ਕਹਿੰਦੇ ਸਮਾਂ ਆਵੇਗਾ ਅਸੀਂ ਤੁਹਾਨੂੰ ਆਪ ਅਰਥ ਪੜ੍ਹਾ ਦਿਆਂਗੇ। ਉੱਥੇ ਬਚਨ ਕੀਤਾ ਮਹਾਰਾਜ ਨੇ ਅਤੇ ਉਹ ਬਚਨ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਚੱਲ ਕੇ ਆ ਕੇ ਸਾਬੋ ਕੀ ਤਲਵੰਡੀ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਕਮਰ ਕੱਸਾ ਖੋਲ੍ਹਿਆ ਅਤੇ ਸਤਿਗੁਰੂ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਚਨ ਦਿੱਤਾ ਸੀ ਅਤੇ ਹੁਣ ਕਿਰਪਾ ਕਰ ਦਿਓ। ਅਤੇ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਉਸ ਵਕਤ ਸਿੰਘਾਂ ਨੂੰ ਹੁਕਮ ਕੀਤਾ ਵੀ ਜਾਓ ਜਾ ਕਰਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਗੁਰੂ ਦੀ ਅੰਸ਼ ਵੰਸ਼ ਦੇ ਕੋਲ ਹੈ, ਜਾ ਕੇ ਲੈ ਕੇ ਆਓ ਅਤੇ ਤੁਹਾਨੂੰ ਅਰਥ ਪੜ੍ਹਾਈਏ। ਮੈਂ ਸੰਖੇਪ ਰੂਪ ਦੀ ਬੇਨਤੀ ਰੱਖਦੇ ਹਾਂ। ਸਿੰਘ ਗਏ ਨੇ, ਸਰੂਪ ਦੇਣ ਤੋਂ ਮਨਾ ਕਰ ਦਿੱਤਾ ਗਿਆ। ਸਤਿਗੁਰੂ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਭੇਜਿਆ ਵੀ ਤੁਸੀਂ ਸਿਆਣੇ ਸਿੱਖ ਹੋ,
जाके बेनती करो। उन्होंने जाके बेनती की थी, अगों जवाब मिलिया भी जे अपने आप नूं गुरु कहाउंदा गुरु नानक की जोत मनदा तो फिर ग्रंथ साढ़े को कहदे वास्ते मंग रहा, बाणी आप उचारण कर लवे। एक बार गज के आखो सतनाम। ते महाराज सच्चे पातशाह घट घट के अंदर की जानत भले बुरे की पीर पछाणत। महाराज की प्रीख्या करनी चाहिए, महाराज का टेस्ट लेना चाहिए। महाराज कहिंदे कोई गल नहीं, सतगुरु महाराज कहिंदे भी जे इह चाहुंदे ने ते इवें होवेगा। गुरु गोबिंद सिंह महाराज सच्चे पातशाह ने अमृत वेले दीवान सजा करके धन गुरु ग्रंथ साहिब महाराज जी का संगत जी उतारा करना शुरू कराया। सतगुरु महाराज जी के सिख सेवादार भाई मनी सिंह जी हुणी, बाबा दीप सिंह जी हुणी सेवा दे विच लगे। अमृत वेले तो 12 बजे तक महाराज दीवान सजा करके बाणी उचारण करते ते गुरसिख लिखते। फिर दीवान की समाप्ति हो जाती तो संध्या वेले संगत जी दोबारा दीवान सजदे ते जिनी बाणी महाराज ने लिखाई हुंदी रोज उहदे अर्थ करके सिखां नूं पढ़ाउंदे। 40 सिंघां दा 45 सिंघां दा जिक्र मिलदा जिहड़े रोजाना महाराज की संगत करदे गुरबाणी पढ़ते तो अर्थां समेत समझते भी महाराज बाणी पढ़नी किदां ते किहड़ी पंक्ति का अर्थ की है। जदों सतगुरु महाराज जी ने सारी बाणी संपूर्ण की ते गुरु तेग बहादुर महाराज जी के श्लोक 9वें महल्ले के श्लोक जिहड़े आपां पढ़दे आ जो पहला आदि श्री गुरु ग्रंथ साहिब महाराज विच दर्ज नहीं सन, सतगुरु महाराज ने वह भी बाणी विच दर्ज की ते धन गुरु ग्रंथ साहिब महाराज जी नूं संपूर्ण किया। सतगुरु महाराज जी ने संपूर्ण करके श्री गुरु ग्रंथ साहिब महाराज जी का सरूप जो भाई मनी सिंह जी हुणा तों लिखवाया ते बाबा दीप सिंह जी हुणी नाल सेवा दे विच लगे ते उस दिहाड़े नूं संगत जी गुरु ग्रंथ साहिब महाराज जी का संपूर्णता दिवस कह के मनाया जाता। पहला श्री आदि ग्रंथ साहिब जी महाराज गुरु अर्जन देव महाराज ने संपूर्ण कराए ते फिर बाकी सारी बाणी गुरु गोबिंद सिंह महाराज जी ने उत्थे संपूर्ण की। सतगुरु महाराज सच्चे पातशाह ने अर्था समेत सिंघां नूं पढ़ाई ते जिन्हां दे विचों 2 टकसालां महाराज सच्चे पातशाह ने प्रारंभ कीतियां, भाई मनी सिंह वाली सतोकी गली वाली टकसाल अमृतसर ते बाबा दीप सिंह जी मुखी मही मिशल शहीदां दमदमी टकसाल। दमदमा साहब जी का स्थान जिथे आके महाराज सच्चे पातशाह ने दम लिया, भाव आराम किया, अपना कमर कस्सा खोलिया ते दमदमा साहब तो प्रारंभ होने करके सतगुरु महाराज जी ने बख्शिश की दमदमी टकसाल। टकसाल का अर्थ होंदा संगे जी जिथे सिक्के बनाए जाते घड़े जाते, कहना भी तेरे कोल बड़ा खजाना जिहड़ा मुकदा ही नहीं, कि टकसाल लाई हुई है जिहड़ी कदे मुक नहीं सकती, खत्म नहीं हो सकती। तो महाराज ने फिर शब्द की टकसाल भाई मनी सिंह ते बाबा दीप सिंह जी नूं बरकत करके बख्शिश की ते हुक्म किया भाई अज तो बाद गुरु ने जिहड़े अर्थ पढ़ाए ने इन्हां अर्थां की संथ्या तुसीं संसार च देनी, ना कोई वाधा करना ते ना कोई घाटा करना। ते सतगुरु महाराज सच्चे पातशाह की कृपा दे नाल ओह 45 सिंघ जिहड़े महाराज दे हजूर सीगे विदेह सतगुरु महाराज ने मुक्ति की दात बख्शी दिती। हुण विदेह मुक्त अवस्था संगत जी यह हुंदी है भी शरीर 5 तत्तां का बनिया होया ते जिउंदिया जी इस शरीर नूं 5 तत्तां दे विच समेट देना, भाव शरीर नूं संकोच देना ते जदों मर्जी हुणी रूप धार लैना, एडी ताकत एडा मल मिल जाना कि जदों मर्जी 5 तत्तां च विलीन हो जाओ ते जदों मर्जी अपने शरीर नूं मुड़ संगठित कर लो। तो सतगुरु महाराज जी की पावन पवित्र कृपा दे द्वारा एडी ताकत बल मिलिया कि सारे दे सारे प्राणी विदेह मुक्त होए ते महाराज जी तो मुक्ति की दात प्राप्त की। ते 2 सिंह इत्थे इंग्लैंड की धरती से एक प्रचारक आया सी ते मैं भाई उन्होंने बेनती भी की सी ते उन्होंने स्टेज तो इन्ना वचन कह दिता, कहिंदे जी भाई मनी सिंह ते बाबा दीप सिंह फिर मुक्त क्यों नहीं होए जे बाकी सिंह मुक्त हो गए तां। ते जदों बाणी पढ़ रहे सी ते सतगुरु महाराज ने वचन लिखाया तन मन काट काट सब अर्पी विच अग्नि आप जलाई। ते भाई मनी सिंह जी कहिंदे महाराज समझाउण मात्र ही है जां इह कला वरतदी वी है। ते महाराज कहिंदे मनी सिंह जी समा आवेगा आप जी तो यह वचन सच करा देंगे भी पूरी पूरी कट्टी भी जाती है ते सिमरन जाप चलता भी रहिंदा। ते सच्चे पातशाह महाराज गुरु नानक देव महाराज का वचन है जाओ तो प्रेम खेलण का चाओ सिर धर तली गली मुरी आओ। ते महाराज कहिंदे बाबा दीप सिंह जी यह वचन तुहाडे तो सच करवाउणा, संसार शंका ना करे भी ये केवल समझाउण लई लिखिया सच नहीं हो सकता। महाराज कहिंदे इन्हां दोनों गुरसिखां तो गुरबाणी दे वचन असीं सच करवाउणे। सो महाराज सच्चे पातशाह ने इसे करके विदेह मुक्ति की दात नहीं बख्शिश की, संसार के अंदर प्रचार की सेवा लई ते समा आउण ते दोनों गुरसिखां का जीवन तुसीं जाणदे हो। सो सतगुरु महाराज ने संगत जी तीसरी मर्यादा जदों गुरु ग्रंथ साहिब महाराज जी नूं संपूर्ण किया उस जगह दे उपर दूसरी वेर श्री अखंड पाठ साहिब दे जाप कराए ता जो सारी बाणी महाराज जी ने एक आसन विच हो करके उत्थे आप सुनी एक ओंकार तो लै करके 18-10-20 तक।
ਸਮੇਤ ਰਾਗ ਮਾਲਾ ਤਾਂ ਜੋ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਜੋ ਜੋ ਮੈਂ ਲਿਖਾਇਆ ਉਹ ਠੀਕ ਲਿਖਿਆ ਗਿਆ, ਸਿੰਘਾਂ ਵੱਲੋਂ ਕੋਈ ਵਾਧਾ ਘਾਟਾ ਕਿਤੇ ਜਾਣੇ ਅਣਜਾਣੇ 'ਚ ਕੋਈ ਪੰਗਤੀ ਵੱਧ ਘੱਟ ਨਾ ਲਿਖੀ ਗਈ ਹੋਵੇ। ਸੰਪੂਰਨ ਬਾਣੀ ਦਾ ਜਾਪ ਮਹਾਰਾਜ ਨੇ 3 ਦਿਨ ਆਪ ਉੱਥੇ ਇੱਕ ਆਸਣ ਹੋ ਕਰਕੇ ਸੁਣਿਆ ਅਤੇ ਉਸ ਸੇਵਾ ਦੇ ਵਿੱਚ 5 ਸਿੰਘਾਂ ਦੀ ਡਿਊਟੀ ਲੱਗੀ ਗਈ ਪਾਠ ਕਰਨ ਦੀ। 5 ਸਿੰਘਾਂ ਦੀ ਡਿਊਟੀ ਲਾਈ ਗਈ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਦੇ ਸਮੇਤ, ਅਤੇ 5 ਸਿੰਘਾਂ ਦੀ ਡਿਊਟੀ ਲਾਈ ਗਈ ਸੰਗਤ ਜੀ ਪਹਿਰੇ ਦੇ ਉੱਪਰ, ਅਤੇ 5 ਸਿੰਘਾਂ ਦੀ ਡਿਊਟੀ ਲਾਈ ਗਈ ਲੰਗਰ ਪ੍ਰਸ਼ਾਦਾ ਤਿਆਰ ਕਰਨ ਲਈ ਜਿਹੜੇ ਸਿੰਘ ਉੱਥੇ ਵਿਚਰ ਰਹੇ ਨੇ। ਟੋਟਲ 25 ਸਿੰਘਾਂ ਤੋਂ ਮਹਾਰਾਜ ਨੇ ਇਹ ਸੇਵਾ ਲਈ। ਨਾਲ ਮਹਾਰਾਜ ਨੇ ਹੁਕਮ ਕੀਤਾ ਜਿੰਨੀ ਦੇਰ ਤੱਕ ਪਾਠ ਦੀ ਸੇਵਾ ਚੱਲਦੀ ਰਹੇਗੀ ਕੋਈ ਵੀ ਸਿੰਘ ਆਪਣੇ ਜੀਵਨ ਦੇ ਸੰਭੋਗਾਂ ਦੇ ਵਿੱਚ ਹਿੱਸਾ ਨਹੀਂ ਲਵੇਗਾ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਕੀ ਬਾਣੀ ਪੜ੍ਹਨੀ ਹੈ ਅਤੇ 3 ਦਿਨ ਮਹਾਰਾਜ ਦੇ ਹਜ਼ੂਰ ਹਾਜ਼ਰ ਰਹਿਣਾ, ਅਤੇ ਜਿਹੜੀ ਨਿਤਾ ਪ੍ਰਤੀ ਕਿਰਿਆ ਆਪਣੀ ਭੋਜਨ ਛਕਣ ਦੀ ਅਤੇ ਜੰਗਲ ਪਾਣੀ ਜਾਣ ਦੀ, ਉਹਦੇ ਤੋਂ ਉਪਰੰਤ ਫਿਰ ਇਸ਼ਨਾਨ ਕੇਸੀ ਕਰਕੇ ਫਿਰ ਗੁਰੂ ਦੇ ਹਜ਼ੂਰ ਆਉਣਾ, ਅਤੇ ਦੁਨੀਆਂ ਦੇ ਕਾਰੋਬਾਰ ਇਹ 3 ਦਿਨਾਂ ਤੱਕ ਲਈ ਸੰਕੋਚ ਕੇ ਰੱਖਣੇ, ਭਾਵ ਪੂਰਨ ਰੂਪ ਦੇ ਵਿੱਚ ਗੁਰੂ ਨੂੰ ਸਮਰਪਿਤ ਹੋ ਕੇ ਰਹਿਣਾ। ਸੋ ਮਹਾਰਾਜ ਜੀ ਨੇ ਇਹ ਸੇਵਾ ਸੰਗਤ ਜੀ ਉੱਥੇ ਸੰਪੂਰਨ ਕਰਾਈ, ਅਤੇ ਅੱਜ ਵੀ ਸਮਾਂ ਪਾ ਕਰਕੇ ਕਈ ਅਸਥਾਨਾਂ ਦੇ ਉੱਪਰ ਜਦੋਂ 25 ਸਿੰਘਾਂ ਦੀ ਸੇਵਾ ਲੱਗਦੀ ਆ ਤਾਂ ਆਪਾਂ ਨੂੰ ਭੁਲੇਖਾ ਜਿਹਾ ਪੈ ਜਾਂਦਾ ਵੀ ਇਹ ਖਰੇ ਕੋਈ ਨਵੀਂ ਮਰਿਆਦਾ ਸ਼ੁਰੂ ਕਰ ਲਈ ਜਾਂ ਕੋਈ ਭਾਈ ਵੱਖਰਾ ਹੀ ਕੰਮ ਸ਼ੁਰੂ ਕਰ ਲਿਆ, ਪਰ ਸਮਾਂ ਪਾ ਕਰਕੇ ਸਾਡੀ ਔਣਤਾ ਹੀ ਸਾਡੀ ਧਲਿਆਈ ਦੇ ਕਰਕੇ ਅਸੀਂ ਵਿਸਾਰ ਲਿਆ। ਸੋ ਸਤਿਗੁਰੂ ਕਿਰਪਾ ਕਰਨ ਉੱਥੇ ਇਹ ਬਖਸ਼ਿਸ਼ ਕੀਤੀ। ਉਪਰੰਤ ਸਤਿਗੁਰੂ ਮਹਾਰਾਜ ਦੱਖਣ ਦੀ ਧਰਤੀ ਦੇ ਉੱਪਰ ਸੱਚਖੰਡ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਵਿਖੇ ਚਲੇ ਗਏ। ਜਿਹੜਾ ਦਿਹਾੜਾ ਆਪਾਂ ਸਤਿਗੁਰੂ ਮਹਾਰਾਜ ਜੀ ਦਾ ਮਨਾ ਕਰਕੇ ਆਏ ਹਾਂ, ਸਤਿਗੁਰੂ ਮਹਾਰਾਜ ਜੀ ਦਾ ਜੋਤੀ ਜੋਤ ਕਰੋ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਦੱਖਣ ਦੀ ਧਰਤੀ 'ਤੇ ਜਾ ਕਰਕੇ ਅਨੇਕਾਂ ਕੌਤਕ ਰਚੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕਰਕੇ ਤੋਰਨਾ, ਖਾਲਸਾ ਰਾਜ ਦੀ ਸਥਾਪਤੀ ਕਰਨੀ, ਬਹੁਤ ਅਨੇਕਾਂ ਪ੍ਰਕਾਰ ਦਾ ਇਤਿਹਾਸ ਆਪਾਂ ਸਰਵਣ ਕਰਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਧਰਤੀ 'ਤੇ ਰਹਿ ਕਰਕੇ ਸੰਗਤ ਜੀ ਸੰਗਤਾਂ ਨੂੰ ਪਾਰਿਆ। ਆਖਰੀ ਸਮਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਜਾਣ ਦਾ ਸਮਾਂ ਆਇਆ, ਸਤਿਗੁਰੂ ਮਹਾਰਾਜ ਜੀ ਦੇ ਪਿੱਛੇ ਮੁਗਲ ਫੌਜਾਂ ਨੇ ਆਪਣੇ ਜਸੂਸ ਲਾਏ ਹੋਏ ਸਨ, ਜਿਨ੍ਹਾਂ ਨੇ ਜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਵਾਰ ਕੀਤਾ। 2 ਪਠਾਣ ਭੇਸ ਬਦਲ ਕਰਕੇ ਗਏ, ਪਰ ਸਤਿਗੁਰੂ ਮਹਾਰਾਜ 'ਤੇ ਜਾਣਦੇ ਸੀ, ਸੱਚਖੰਡ ਲਈ ਜਾਣਾ ਸੀ, ਸਮਾਂ ਸਤਿਗੁਰੂ ਮਹਾਰਾਜ ਨੇ ਸਾਰਾ ਵਿਚਾਰਿਆ ਹੋਇਆ ਸੀ। ਅਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਸੰਗਤ ਜੀ ਵਾਰ ਕੀਤਾ, ਸਤਿਗੁਰੂ ਮਹਾਰਾਜ ਜੀ ਨੇ ਉਸੇ ਵਕਤ 1 ਪਠਾਣ ਨੂੰ ਆਪਣੀ ਸ੍ਰੀ ਸਾਹਿਬ ਦੇ ਨਾਲ ਉੱਥੇ ਹੀ ਝਟਕਾ ਦਿੱਤਾ। ਤੰਬੂ 'ਚੋਂ 2 ਪਠਾਣ ਬਾਹਰ ਨਿਕਲਿਆ, ਗੁਰਸਿੱਖ ਸੇਵਾਦਾਰ ਪਹਿਰੇਦਾਰਾਂ ਨੇ ਉਸ ਨੂੰ ਫੜਿਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਉਹਨੂੰ ਵੀ ਝਟਕਾ ਦਿੱਤਾ। ਸਤਿਗੁਰੂ ਮਹਾਰਾਜ ਜੀ ਦੇ ਫੱਟ ਬੜਾ ਡੂੰਘਾ ਲੱਗਾ, ਸਤਿਗੁਰੂ ਮਹਾਰਾਜ ਜੀ ਦੇ ਫੱਟ ਨੂੰ ਸਿਉਤਾ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਧੰਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਮਾਂ ਜਾਣ ਲਿਆ ਕਿ ਹੁਣ ਸਾਡਾ ਸਮਾਂ ਆ ਗਿਆ ਇਸ ਸਰੀਰਕ ਝੋਲੇ ਨੂੰ ਸੰਕੋਚ ਕੇ ਨਿਰੰਕਾਰ ਕੋਲ ਜਾਣ ਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਨੇ, ਦੀਵਾਨ ਸੱਜਿਆ। ਉਸ ਵੇਲੇ ਦਾ ਮੁਗਲ ਬਾਦਸ਼ਾਹ ਸਤਿਗੁਰੂ ਮਹਾਰਾਜ ਜੀ ਦੇ ਨਾਲ ਨੇੜਤਾ ਰੱਖਦਾ ਸੀ ਪਰ ਦਿਲੋਂ ਵੈਰ ਵੀ ਰੱਖਦਾ ਸੀ। ਤੋ ਸਤਿਗੁਰੂ ਮਹਾਰਾਜ ਜੀ ਨੂੰ ਮਿਲਣ ਆਇਆ ਆਪਣੇ ਸੇਵਕਾਂ ਸਮੇਤ, ਹਜ਼ੂਰ ਬੈਠਿਆਂ ਮਹਾਰਾਜ ਦੇ ਦਰਸ਼ਨ ਕੀਤੇ। ਅਤੇ ਜਿਵੇਂ ਅੱਜ ਗੁਰੂ ਦੇ ਹਜ਼ੂਰ ਸ਼ਸਤਰ ਸਜਾਏ ਜਾਂਦੇ ਨਾ, ਮਹਾਰਾਜ ਜੀ ਦੀ ਪਾਲਕੀ ਦੇ ਅੱਗੇ ਆਪਾਂ ਦਰਸ਼ਨ ਕਰਦੇ ਹਾਂ। ਸੋ ਕਈ ਵਾਰ ਵੇਖ ਕੇ ਮੈਨੂੰ ਹੈਰਾਨੀ ਵੀ ਆਉਂਦੀ, ਹੁਣ ਗੱਲਾਂ 'ਚੋਂ ਗੱਲ ਸੰਗਤ ਜੀ ਸਾਹਮਣੇ ਆ ਜਾਂਦੀ ਆ, ਸਾਂਝੀ ਕਰਨੀ ਬਣ ਜਾਂਦੀ ਆ, ਅਤੇ ਸਾਡੇ ਕਈ ਗੁਰਮੁਖ ਵੀ ਕਹਿ ਦਿੰਦੇ ਜੀ ਬੱਚੇ ਡਰ ਜਾਂਦੇ ਆ, ਐਡੇ ਐਡੇ ਸ਼ਸਤਰ ਕਾਹਦੇ ਲਈ ਅੱਗੇ ਰੱਖੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੀ ਵੀ ਭਾਈ ਇਹ ਤਾਂ ਸਾਡੇ ਪੀਰ ਨੇ, ਸ਼ਸਤਰ ਜਿਹੜੇ ਨੇ ਸ਼ਾਂਤੀ ਨੂੰ ਕਾਇਮ ਕਰਦੇ ਨੇ, ਸ਼ਾਂਤੀ ਨੂੰ ਭੰਗ ਨਹੀਂ ਕਰਦੇ। ਜੇ ਫੌਜ ਦਾ ਫੌਜੀ ਬਾਰਡਰ ਦੇ ਉੱਪਰ ਬੰਦੂਕ ਲੈ ਕੇ ਨਾ ਖੜਾ ਹੋਵੇ ਤਾਂ ਜਿਹੜਾ ਮਰਜ਼ੀ ਅੰਦਰ ਆਵੇ, ਪੁਲਿਸਮੈਨ ਕੋਲ ਗੰਨ ਅਤੇ ਹੱਥਕੜੀ ਨਾ ਹੋਵੇ ਨਾ, ਤਾਂ ਜਿਹੜਾ ਮਰਜ਼ੀ ਉਹਨਾਂ ਦੇ ਗਲ ਪੈ ਜਾਵੇ, ਉਹਦੀ ਵੇਸ਼ਭੂਸ਼ਾ ਦੇਖ ਕੇ, ਉਹਦਾ ਹਥਿਆਰ ਦੇਖ ਕੇ ਗੁਨਾਹਗਾਰ ਵੀ ਕੰਬ ਜਾਂਦਾ ਵੀ ਇਹ ਮੇਰੇ ਨਾਲ ਸਲੂਕ ਕੀ ਕਰੇਗਾ। ਅਤੇ ਮਹਾਰਾਜ ਕਹਿੰਦੇ ਗੁਰੂ ਕਾ ਖਾਲਸਾ ਤਿਆਰ ਪਰ ਤਿਆਰ ਸ਼ਸਤਰਧਾਰੀ ਹੋਵੇ, ਅਤੇ ਜ਼ਾਲਮ 2 ਵੇਰਾ ਸੋਚਦਾ ਵੀ ਮੈਂ ਲਾਗੇ ਜਾਵਾਂ ਕਿ ਨਾ ਜਾਵਾਂ। ਸ਼ਸਤਰ ਸ਼ਾਂਤੀ ਬਣਾਈ ਰੱਖਦੇ ਨੇ, ਸ਼ਾਂਤੀ ਭੰਗ ਨਹੀਂ ਕਰਦੇ। ਹਾਂ, ਸ਼ਸਤਰ ਗੁਰੂ ਕੇ ਅਧੀਨ, ਗੁਰੂ ਦੇ ਹੁਕਮ ਦੇ ਅਧੀਨ ਹੋਵੇ। ਇਸੇ ਕਰਕੇ ਕਿਰਪਾਨ ਅਤੇ ਮਿਆਨ, ਕਿਰਪਾਨ ਨੂੰ ਮਿਆਨ ਦੇ ਵਿੱਚ ਰੱਖਣਾ, ਨੰਗੀ ਕਿਰਪਾਨ ਜ਼ਾਲਮ ਦੀ ਜ਼ਾਲਮਤਾਈ ਦੀ ਅੱਤ ਦੀ ਨਿਸ਼ਾਨੀ ਹੈ, ਮਿਆਨ ਨਿਸ਼ਾਨੀ ਹੈ ਗੁਰੂ ਕਾ ਸ਼ਸਤਰ ਗੁਰੂ ਕੇ ਸ਼ਬਦ ਦੇ ਅਧੀਨ, ਜ਼ਾਲਮ ਦੇ ਜ਼ੁਲਮ ਨੂੰ ਰੋਕਣ ਵਾਸਤੇ। ਅਤੇ ਹੁਣ ਮੈਂ ਸਿੱਧਾ ਸ਼ਬਦ ਵਰਤ ਲਵਾਂ, ਆਪ ਸਾਰੇ ਜਾਣਦੇ ਹੋਗੇ, ਆਪਣੇ ਆਪ ਨੂੰ ਵੈਲੀ ਕਹਾਉਣ ਵਾਸਤੇ ਨਹੀਂ ਵੀ ਮੈਂ ਬਹੁਤ ਵੱਡਾ ਸੂਰਮਾ ਅਤੇ ਲੋਕਾਂ ਨੂੰ ਦਰਖ ਦਬਕੇ ਮਾਰਦਾ ਫਿਰਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਤਿਗੁਰੂ ਮਹਾਰਾਜ ਦੇ ਹਜ਼ੂਰ ਸ਼ਸਤਰ ਵੇਖ ਕਰਕੇ ਮਹਾਰਾਜ ਜੀ ਦੇ ਸਵਾਲ ਕਰ ਦਿੱਤਾ ਬਾਦਸ਼ਾਹ ਦੇ ਨਾਲ ਆਏ ਹੋਏ ਵਿਅਕਤੀ ਨੇ, ਕਹਿੰਦਾ ਮਹਾਰਾਜ ਐਡਾ ਵੱਡਾ ਕਮਾਨ ਰੱਖਿਆ ਹੋਇਆ ਇਹ ਚੱਲਦਾ ਵੀ ਹੈ ਜਾਂ ਐਵੇਂ ਸ਼ੋਭਾ ਹੀ ਬਣਾਈ ਹੋਈ ਆ? ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਚੱਲਦਾ ਵੀ ਹੈ ਅਤੇ ਅਸੀਂ ਚਲਾਉਂਦੇ ਹਾਂ, ਅਤੇ ਸਤਿਗੁਰੂ ਦੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਵੀ 9 ਟੰਕੀ ਕਮਾਨ। ਕਮਾਨ ਕਿਹਾ ਜਾਂਦਾ ਸੰਗਤ ਜੀ ਜਿਹੜਾ ਧਨੁੱਖ ਹੁੰਦਾ, ਜਿਹੜਾ ਬੋ ਹੁੰਦਾ,
ਉਹਦੇ ਉੱਪਰ ਜਿਹੜੀ ਰੱਸੀ ਬੰਨੀ ਹੁੰਦੀ ਜਿਹਦੇ 'ਚ ਐਰੋ ਪਸਾ ਕੇ ਚਲਾਈਦਾ। ਸੋ ਨੌਟੰਕੀ ਕਮਾਨ ਦਾ ਅਰਥ ਹੈ ਕਿ ਜਦੋਂ ਉਸ ਰੱਸੀ ਨੂੰ ਇੱਕ ਸਿਰੇ ਤੋਂ ਦੂਜੇ ਸਿਰੇ ਬੰਨਣਾ ਹੋਵੇ ਤੇ ਧਨੁੱਖ ਨੂੰ ਐਂ ਇਕੱਠਾ ਕਰਕੇ ਤੇ ਫਿਰ ਉਹਦੇ ਉੱਪਰ ਚਿੱਲਾ ਚੜਾਇਆ ਜਾਂਦਾ, ਤੇ ਜੇ 9 ਮਣ ਭਾਰ ਹੋਵੇ ਤੇ ਫਿਰ ਜਾ ਕਰਕੇ ਉਹ ਧਨੁੱਖ ਇਕੱਠਾ ਹੋ ਕਰਕੇ ਉਹਦੇ 'ਤੇ ਚਿੱਲਾ ਚੜਦਾ ਸੀ। ਇੰਨੀ ਜਾਨ ਐਡਾ ਜ਼ੋਰ ਚਾਹੀਦਾ ਸੀ ਉਹਨੂੰ ਵੀ ਜੇਕਰ ਕਿਤੇ ਭਾਰ ਦੇ ਨਾਲ ਉਸ ਧਨੁੱਖ ਨੂੰ ਮੋੜਨਾ ਹੋਵੇ ਤੇ 9 ਮਣ ਭਾਰ ਚਾਹੀਦਾ ਸੀ ਤੇ 9 ਟੰਕੀ ਕਮਾਨ ਮਹਾਰਾਜ ਜੀ ਦੀ ਐਡੀ ਮਜ਼ਬੂਤ ਸੀ। ਸੋ ਜਦੋਂ ਵੇਖਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸੇ ਵਕਤ ਸਿੰਘਾਂ ਨੂੰ ਹੁਕਮ ਕੀਤਾ, ਭਾਈ ਲਿਆਓ। ਸਤਿਗੁਰੂ ਮਹਾਰਾਜ ਜੀ ਨੇ ਕਮਾਨ ਫੜਿਆ, ਤੀਰ ਚੜਾਇਆ ਤੇ ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਜਦੋਂ ਤੀਰ ਆਕਾਸ਼ ਵੱਲ ਛੱਡੇ ਤੇ ਸੰਗਤ ਜੀ ਸੰਗਤਾਂ ਦੇਖਦੀਆਂ ਰਹਿ ਗਈਆਂ ਕਿ ਭਾਈ ਕੇਵਲ ਦਿਖਾਉਣ ਵਾਸਤੇ ਨਹੀਂ, ਇਹ ਚਲਾਉਣ ਵਾਸਤੇ ਵੀ ਹਨ ਸ਼ਸਤਰ। ਮਹਾਰਾਜ ਜੀ ਨੇ ਜਦੋਂ ਕਲਾ ਵਰਤਾਈ, ਸਤਿਗੁਰੂ ਜੀ ਦਾ ਜੋ ਫੱਟ ਲੱਗਾ ਹੋਇਆ ਸੀ ਕਮਾਨ ਚਲਾਉਣ ਵੇਲੇ, ਸਤਿਗੁਰੂ ਮਹਾਰਾਜ ਜੀ ਦੇ ਫੱਟ ਦੇ ਟੰਕੇ ਸੰਗਤ ਜੀ ਖੁੱਲ ਗਏ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਆਪਨੇ ਕਲਾ ਨਹੀਂ ਵਰਤਾਉਣੀ ਸੀ। ਸਤਿਗੁਰੂ ਕਹਿੰਦੇ ਭਾਈ ਹੁਣ ਸਮਾਂ ਆ ਗਿਆ, ਨਿਰੰਕਾਰ ਦਾ ਸਦਾ ਆ ਗਿਆ, ਹੁਣ ਫੱਟ ਸਿਉਤਿਆਂ ਗੱਲ ਨਹੀਂ ਬਣਨੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸੱਚਖੰਡ ਵਿਖੇ ਗਮਨ ਕਰਨ ਦਾ ਸਾਡਾ ਸਮਾਂ ਆ ਰਿਹਾ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਚਲੇ ਜਾਓਗੇ ਤੇ ਅਸੀਂ ਫਿਰ ਕਿਹਦੇ ਭਰੋਸੇ? ਸਤਿਗੁਰੂ ਮਹਾਰਾਜ ਕਹਿੰਦੇ ਭਾਈ ਨਿਰੰਕਾਰ ਅਕਾਲ ਪੁਰਖ ਦੇ ਲੜ ਲਾਇਆ, ਤੁਹਾਨੂੰ ਹੁਣ ਦੇਹਧਾਰੀ ਗੁਰੂ ਦੀ ਜ਼ਰੂਰਤ ਨਹੀਂ, ਪਰ ਸੱਚੇ ਪਾਤਸ਼ਾਹ ਬਚਨ ਕਿਹਦੇ ਨਾਲ ਕਰਾਂਗੇ, ਦੁੱਖ ਕਿਹਦੇ ਨਾਲ ਸਾਂਝਾ ਕਰਾਂਗੇ? ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਗੁਰਸਿੱਖੋ, ਜੇ ਬੇਨਤੀ ਕੀਤੀ ਹੈ ਤੇ ਗੁਰੂ ਸਾਹਿਬ ਤੋਂ ਚੱਲੀ ਆਈ ਹੋਈ ਰੀਤੀ ਦਾ ਅਸੀਂ ਵੀ ਪਾਲਣ ਕਰ ਦਿਆਂਗੇ, ਪਰ ਹੁਣ ਦੇਹਧਾਰੀ ਗੁਰੂ ਦੀ ਸਮਾਪਤੀ ਹੈ, ਦੇਹ ਕਰਕੇ ਗੁਰੂ ਨਹੀਂ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੇ ਸੁੰਦਰ ਦੀਵਾਨ ਸਜਾਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ, ਅੰਮ੍ਰਿਤ ਵੇਲੇ ਤੋਂ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਦਾ ਜਾਪ ਹੋਇਆ। ਸਤਿਗੁਰੂ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਬਸ਼ਤਰ ਪਹਿਨ ਕਰਕੇ ਮਹਾਰਾਜ ਦੇ ਹਜ਼ੂਰ ਆਏ। ਹਜ਼ੂਰ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਉਪਰੰਤ ਸਤਿਗੁਰੂ ਮਹਾਰਾਜ ਜੀ ਨੇ ਅਰਦਾਸ ਤੋਂ ਬਾਅਦ ਖੜ੍ਹੇ ਹੋ ਕਰਕੇ ਗੁਰੂ ਕੇ ਹਜ਼ੂਰ ਪੰਜ ਸਿੰਘਾਂ ਨੂੰ ਹੁਕਮ ਕੀਤਾ, ਕਹਿੰਦੇ ਭਾਈ ਪੰਜ ਸਿੰਘ ਤਿਆਰ ਬਰ ਤਿਆਰ ਇੱਥੇ ਆ ਜਾਓ। ਸਤਿਗੁਰੂ ਮਹਾਰਾਜ ਜੀ ਦਾ ਵਚਨ ਮੰਨ ਕਰਕੇ ਪੰਜ ਸਿੰਘ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਅਨੁਸਾਰ ਗੁਰੂ ਕੇ ਹਜ਼ੂਰ ਖੜ੍ਹੇ ਹੋਏ, ਜਿਨ੍ਹਾਂ ਦੇ ਵਿੱਚੋਂ ਭਾਈ ਸੰਤੋਖ ਸਿੰਘ ਜੀ, ਭਾਈ ਧਰਮ ਸਿੰਘ ਜੀ, ਵਾਹਿਗੁਰੂ ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਇਹਨਾਂ ਸਿੰਘਾਂ ਦੇ ਨਾਮ ਇਤਿਹਾਸ ਦੇ ਵਿੱਚ ਜ਼ਿਕਰ ਆਉਂਦੇ ਨੇ। ਸਤਿਗੁਰੂ ਮਹਾਰਾਜ ਜੀ ਦੀ ਰੋਜ਼ਾਨਾ ਡਾਇਰੀ ਲਿਖਣ ਵਾਲਾ ਸਿੰਘ ਭਾਈ ਹਰ ਸਿੰਘ, ਜਿਹੜਾ ਮਹਾਰਾਜ ਜੀ ਦੇ ਅੰਗ ਸੰਗ ਰਹਿੰਦਾ ਸੀ ਅਤੇ ਮਹਾਰਾਜ ਜੋ ਬਚਨ ਕਰਦੇ ਸੀ ਡਾਇਰੀ 'ਤੇ ਨੋਟ ਕਰਦਾ ਸੀ, ਪੰਜਵਾਂ ਸਿੰਘ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਹਜ਼ੂਰ ਖੜ੍ਹਾ ਹੋਇਆ। ਅਤੇ ਉਸ ਹਰ ਸਿੰਘ ਸਿੰਘ ਵੱਲੋਂ ਸਤਿਗੁਰੂ ਮਹਾਰਾਜ ਜੀ ਦੀ ਉਸਤਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਇੱਕ ਗ੍ਰੰਥ ਲਿਖਿਆ ਗਿਆ, ਇੱਕ ਡਾਇਰੀ ਲਿਖੀ ਗਈ ਜਿਹਨੂੰ ਗੋਝ ਗ੍ਰੰਥ ਕਿਹਾ ਜਾਂਦਾ, ਜਿਸ ਦੇ ਵਿੱਚ ਉਸਨੇ ਇਹ ਸਾਰਾ ਪ੍ਰਸੰਗ ਮਹਾਰਾਜ ਸੱਚੇ ਪਾਤਸ਼ਾਹ ਦਾ ਲਿਖਿਆ। ਹਜ਼ੂਰ ਸਾਹਿਬ ਦੀ ਧਰਤੀ ਦੇ ਉੱਪਰ ਇਹ ਪੁਸਤਕ ਵੰਡੀ ਵੀ ਜਾਂਦੀ ਰਹੀ, ਸੰਗਤਾਂ ਨੂੰ ਛਪਾਈ ਕਰਕੇ ਮਿਲਦੀ ਵੀ ਰਹੀ, ਅੱਜ ਪਤਾ ਨਹੀਂ ਮਿਲਦੀ ਕਿ ਨਹੀਂ ਮਿਲਦੀ, ਦਾਸ ਜਾਣਦਾ ਨਹੀਂ, ਉਹਦੇ ਵਿੱਚ ਇਹ ਸਾਰਾ ਵਰਤਾਂਤ ਉਹਨਾਂ ਨੇ ਲਿਖਿਆ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਾਂ ਸਿੰਘਾਂ ਦੇ ਹਾਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੰਜ ਪ੍ਰਕਰਮਾ ਕੀਤੀਆਂ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ 5 ਪੈਸੇ ਅਤੇ ਨਾਰੀਅਲ ਸਤਿਗੁਰੂ ਜੀ ਨੇ ਭੇਟਾ ਕੀਤਾ ਅਤੇ ਆਪਣੇ ਕਮਰਬੰਦ ਦੇ ਵਿੱਚੋਂ ਮਹਾਰਾਜ ਨੇ ਸ਼੍ਰੀ ਸਾਹਿਬ ਕੱਢ ਕੇ ਇੱਕ ਕਿਰਪਾਨ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭੇਟਾ ਕੀਤੀ। ਕਿਉਂਕਿ ਗੁਰੂ ਕਾ ਸਿੱਖ ਜਦੋਂ ਵੀ ਆਉਂਦਾ ਆਪਾਂ ਤਿਲ ਫੁੱਲ ਮਾਇਆ ਆਦਿਕ ਜੋ ਵੀ ਸਾਡੇ ਕੋਲ ਸਰਦਾ ਅਸੀਂ ਗੁਰੂ ਨੂੰ ਭੇਟ ਦੇਈਦੀ ਹੈ ਕਿ ਸੱਚੇ ਪਾਤਸ਼ਾਹ ਅਸੀਂ ਤੇਰੇ ਦਰਸ਼ਨ ਕਰਨ ਵਾਸਤੇ ਆਏ। ਮਹਾਰਾਜ ਜੀ ਨੇ ਭੇਟਾ ਸਰੂਪ ਇਹ ਅਵਸਥਾ ਰੱਖ ਕਰਕੇ ਨਮਸਕਾਰ ਕੀਤੀ ਅਤੇ ਸਿੰਘਾਂ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਈ ਤੁਹਾਡੇ ਗੁਰੂ ਹੋਣਗੇ। ਅਤੇ ਸਤਿਗੁਰੂ ਮਹਾਰਾਜ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ, ਖੋਜ ਸ਼ਬਦ ਮੇ ਲਿਹੇ। ਨਾਲ ਹੀ ਮਹਾਰਾਜ ਨੇ ਇੱਕ ਦੂਰਾ ਉਚਾਰਨ ਕੀਤਾ, ਦੇਹ ਹਮਾਰੀ ਜਾਨੀ ਹੈ ਪੰਥ ਖਾਲਸਾ ਮੇ ਜੋ ਮੋਹ ਕੋ ਮਿਲ ਬੋਝ ਹੈ ਖੋਜ ਤਿਨੀ ਮੇ ਲਿਹ। ਕਹਿੰਦੇ ਭਾਈ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨੇ ਗੱਲਾਂ ਕਰਨੀਆਂ ਨੇ, ਜਿਹਨੇ ਬਚਨ ਕਰਨੇ ਨੇ, ਜਿਹੜਾ ਸਾਡੀ ਆਗਿਆ ਸੁਣਨੀ ਮੰਨਣੀ ਚਾਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੇ ਅਤੇ ਸੁਣੇ। ਅਤੇ ਸੱਚੇ ਪਾਤਸ਼ਾਹ ਜੇ ਤੁਹਾਡੇ ਦਰਸ਼ਨ ਕਰਨੇ ਹੋਣ, ਸਰੂਪ ਵੇਖਣਾ ਹੋਵੇ ਤਾਂ ਮਹਾਰਾਜ ਕਹਿੰਦੇ 5 ਤਿਆਰ ਵਰਤੀਆਂ ਦਰਸ਼ਨ ਕਰ ਲਿਓ। ਹਮਾਰੀ ਦੇਹ ਕਾ ਦਰਸ਼ਨ ਗੁਰੂ ਖਾਲਸੇ ਦੇ ਪੰਥ ਵਿੱਚੋਂ ਹੋਵੇਗਾ, ਹੋਵੇ ਰਹਿਤਬਾਨ ਅਤੇ ਮਹਾਰਾਜ ਦੇ 5 ਕਕਾਰੀ ਸੰਪੂਰਨ। ਅਤੇ ਸੱਚੇ ਪਾਤਸ਼ਾਹ 5 ਨਾ ਹੋਣ, ਮਹਾਰਾਜ ਕਹਿੰਦੇ 4 ਦੇ ਦਰਸ਼ਨ ਕਰ ਲਿਓ। ਸਤਿਗੁਰੂ 4 ਨਾ ਹੋਣ, ਮਹਾਰਾਜ ਕਹਿੰਦੇ 2 ਸਿੰਘਾਂ ਦੇ ਦਰਸ਼ਨ ਕਰ ਲਿਓ। ਸੱਚੇ ਪਾਤਸ਼ਾਹ 2 ਬਿਨਾਂ ਮਿਲਣ, ਕਹਿੰਦੇ ਜੀ 1 ਦੇ ਦਰਸ਼ਨ ਕਰ ਲਿਓ। ਸੱਚੇ ਪਾਤਸ਼ਾਹ ਜੇ ਕੋਈ ਵੀ ਨਾ ਹੋਵੇ, ਕੋਈ ਐਸਾ ਸਮਾਂ ਆ ਜਾਵੇ ਤੇ ਮਹਾਰਾਜ ਕਹਿੰਦੇ ਜਦੋਂ ਖੰਡੇ ਬਾਟੇ ਦੀ ਪੌਲ ਛੱਕ ਕੇ ਤਿਆਰ ਬਰ ਤਿਆਰ ਦਸਤਾਰ ਸਜਾ ਕੇ 5 ਕਕਾਰੀ ਹੋਵੇ, ਸ਼ੀਸ਼ੇ 'ਚ ਆਪਣਾ ਸਰੂਪ ਵੇਖ ਲਈ, ਗੁਰੂ ਕਲਗੀਧਰ ਤੈਨੂੰ ਦਰਸ਼ਨ ਦੇ ਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਸੰਗਤ ਜੀ ਲਾਇਆ ਅਤੇ ਉਸ ਦਿਹਾੜੇ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਕਹਿ ਕੇ ਮਨਾਇਆ ਜਾਂਦਾ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ, ਪੰਥ ਨੂੰ ਅਨੇਕਾਂ ਹੁਕਮ ਕੀਤੇ, ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਵਰਤਾਈ,
ਤੇ ਉਸ ਦਿਹਾੜੇ ਤੋਂ ਕੁਝ ਦਿਨ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਕਲਗੀਧਰ ਮਹਾਰਾਜ ਨੇ ਆਪਣਾ ਸਰੀਰਕ ਝੋਲਾ ਸੰਸਾਰ ਤੋਂ ਸੰਕੁਚਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰੋਜ਼ਾਨਾ ਦੀਵਾਨ ਸਜਾਉਂਦੇ ਸੰਗਤਾਂ ਦਰਸ਼ਨ ਕਰਦੀਆਂ ਤੇ ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਭਾਈ ਕਿ ਅੱਜ ਉਹ ਸਮਾਂ ਆ ਗਿਆ ਨਿਰੰਕਾਰ ਦੇ ਵਿੱਚ ਭੇਦ ਹੋਣ ਦਾ, ਗੁਰਸਿੱਖੋ ਦੀਵਾਨ ਸਜਾਏ ਜਾਣ। ਸਾਰੀਆਂ ਸੰਗਤਾਂ ਨੂੰ ਸੱਚੇ ਪਾਤਸ਼ਾਹ ਵੱਲੋਂ ਸੰਦੇਸ਼ੇ ਭੇਜੇ ਗਏ ਕਿ ਮਹਾਰਾਜ ਨੇ ਸੱਚਖੰਡ ਚਲੇ ਜਾਣਾ। ਜਿਹਦੇ ਜਿਹਦੇ ਕੰਨਾਂ ਨੇ ਵੀ ਸੰਗਤ ਦੀ ਆਵਾਜ਼ ਸੁਣੀ, ਅੱਖਾਂ 'ਚੋਂ ਨੀਰ ਵਹਾਉਂਦਾ ਹੋਇਆ, ਵੈਰਾਗ ਕਰਦਾ ਹੋਇਆ ਸਤਿਗੁਰੂ ਮਹਾਰਾਜ ਦੇ ਦਰਸ਼ਨਾਂ ਵਾਸਤੇ ਪਹੁੰਚਾ। ਅੰਮ੍ਰਿਤ ਵੇਲੇ ਦੀਵਾਨ ਸੱਜੇ ਸੰਗਤਾਂ ਦੀ ਇਕੱਠ ਨੇ, ਸੰਗਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੇਖਣ ਵਾਸਤੇ ਜੁੜੀਆਂ ਵੀ ਅੱਜ ਮਹਾਰਾਜ ਦਾ ਆਖਰੀ ਦੀਦਾਰ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਸ਼ਸਤਰ ਵਸਤਰ ਸਜਾ ਕਰਕੇ ਵਿਰਾਜ ਗਏ। ਸੰਗਤਾਂ ਨੇ ਦੀਵਾਨ ਸਰਵਣ ਕੀਤੇ, ਦਰਸ਼ਨ ਕੀਤੇ ਤੇ ਇਤਿਹਾਸ ਲਿਖਦਾ। ਮੈਂ ਆਪਣੇ ਸਮੇਂ ਦੀ ਸਮਾਪਤੀ ਵੱਲ ਸੰਖੇਪ ਰੂਪ ਜੀ ਬੇਨਤੀ ਕਰਕੇ ਫਤਿਹ ਬੁਲਾ ਦੇਵਾਂ ਕਿ ਸੰਧਿਆ ਵੇਲੇ ਤੱਕ ਦਾ ਸਮਾਂ ਹੋ ਗਿਆ, ਸੰਗਤਾਂ ਦੀ ਲੜੀ ਨਹੀਂ ਟੁੱਟ ਰਹੀ ਮਹਾਰਾਜ ਦੇ ਦਰਸ਼ਨਾਂ ਵਾਸਤੇ। ਅੰਮ੍ਰਿਤ ਵੇਲੇ ਦੇ ਮਹਾਰਾਜ ਬਿਰਾਜਮਾਨ ਹੋਏ, ਸੋਧਰ ਰਹਿਰਾ ਸਾਹਿਬ ਜੀ ਦਾ ਸਮਾਂ ਹੋ ਗਿਆ। ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਭਾਈ ਸੋਧਰ ਦੀ ਚੌਂਕੀ ਲਾਈ ਜਾਵੇ। ਸਤਿਗੁਰੂ ਮਹਾਰਾਜ ਜੀ ਨੇ ਬਾਣੀ ਪੜ੍ਹੀ ਸੁਣੀ, ਉਪਰੰਤ ਹਰ ਜਸ ਕੀਰਤਨ ਪ੍ਰਾਰੰਭ ਹੋਇਆ ਤੇ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਤੱਕ ਸਮਾਂ ਪਹੁੰਚ ਗਿਆ, ਪਰ ਸੰਗਤਾਂ ਹਜੇ ਵੀ ਆਈ ਜਾਂਦੀਆਂ ਤੇ ਮਹਾਰਾਜ ਦੇ ਦਰਸ਼ਨ ਕਰੀ ਜਾਂਦੀਆਂ। ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ, ਗੁਰਸਿੱਖੋ ਚੰਦਨ ਦੀ ਚਿਖਾ ਤਿਆਰ ਕੀਤੀ ਜਾਵੇ, ਚਾਰ ਸਫੇਰੇ ਕਨਾਤਾਂ ਲਾ ਦਿੱਤੀਆਂ ਜਾਣ। ਗੁਰਸਿੱਖਾਂ ਨੇ ਮਹਾਰਾਜ ਦਾ ਵਚਨ ਮੰਨ ਕਰਕੇ ਚੰਦਨ ਦੀ ਚਿਖਾ ਸੰਗਤ ਜੀ ਤਿਆਰ ਕੀਤੀ। ਮਹਾਰਾਜ ਨੇ ਚਾਰ ਸਫੇਰੇ ਕਨਾਤਾਂ ਲਾ ਦਿੱਤੀਆਂ ਤੇ ਹੁਕਮ ਕਰ ਦਿੱਤਾ ਕਿ ਜਦੋਂ ਅਸੀਂ ਸੱਚਖੰਡ ਵਿਖੇ ਬਿਰਾਜਣਾ ਹੈ, ਕੋਈ ਵੀ ਗੁਰਸਿੱਖ ਕਨਾਤਾਂ ਦੇ ਅੰਦਰ ਨਾ ਪਹੁੰਚੇ, ਗੁਰੂ ਕੀ ਗੁਰਬਾਣੀ ਦਾ ਜਾਪ ਕਰੇ। ਤੇ ਸਤਿਗੁਰੂ ਮਹਾਰਾਜ ਨੇ ਤਬੇਲੇ ਦੇ ਵਿੱਚ ਗੁਰਸਿੱਖਾਂ ਨੂੰ ਹੁਕਮ ਭਜਾ ਦਿੱਤਾ ਕਿ ਜਿੰਨੇ ਵੀ ਘੋੜੇ ਮਹਾਰਾਜ ਦੇ ਹਜ਼ੂਰ ਹਨ ਸਾਰੇ ਜੀਵਨਾਂ ਸਮੇਤ ਤਿਆਰ ਕਰ ਦਿੱਤੇ ਜਾਣ। ਹਰ ਇੱਕ ਘੋੜਾ ਤਿਆਰ ਪਰ ਤਿਆਰ ਕਰ ਦਿੱਤਾ ਜਾਵੇ, ਪਤਾ ਨਹੀਂ ਮਹਾਰਾਜ ਕਿਹਦੇ 'ਤੇ ਸਵਾਰੀ ਕਰਨਗੇ। ਗੁਰਸਿੱਖਾਂ ਨੇ ਬੇਨਤੀ ਮੰਨੀ, ਸਤਿਗੁਰੂ ਮਹਾਰਾਜ ਜੀ ਦੇ ਹੁਕਮ ਅਨੁਸਾਰ ਸਭ ਘੋੜੇ ਤੇ ਤਬੇਲੇ ਦੇ ਵਿੱਚ ਤਿਆਰ ਕਰ ਦਿੱਤੇ ਗਏ। ਸਤਿਗੁਰੂ ਮਹਾਰਾਜ ਉੱਠੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕੀਤੀ। ਸਿੰਘਾਂ ਨਾਲ ਵਚਨ ਕਰਦਿਆਂ ਹੋਇਆ ਸਤਿਗੁਰੂ ਮਹਾਰਾਜ ਅੰਗੀਠੇ ਵੱਲ ਵਧੇ ਨੇ। ਕਨਾਤ ਦੇ ਅੰਦਰ ਜਾਣ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਖਾਲਸੇ ਨੂੰ ਆਖਰੀ ਫਤਿਹ ਵਿਦਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਜਾ ਕਰਕੇ ਅੰਗੀਠੇ ਦੇ ਵਿਰਾਜ ਗਏ, ਅਨੇਕਾਂ ਅੱਗ ਦੇ ਭਾਂਬੜ ਨਿਕਲੇ, ਮਾਨੋ ਰੁਸ਼ਨਾਈਆਂ ਹੀ ਰੁਸ਼ਨਾਈਆਂ ਹੋ ਗਈਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇਹ ਸਮੇਤ ਸਤਿਗੁਰੂ ਵਾਹਿਗੁਰੂ ਨਿਰੰਕਾਰ ਦੇ ਚਰਨਾਂ 'ਚ ਜਾ ਬਿਰਾਜੇ। ਜਦੋਂ ਤਬੇਲੇ 'ਤੇ ਨਜ਼ਰ ਮਾਰੀ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਘੋੜਾ ਜਿਹੜਾ ਚੀਨ ਸਮੇਤ ਤਿਆਰ ਸੀ, ਉਹ ਵੀ ਤਬੇਲੇ ਦੇ ਵਿੱਚ ਨਹੀਂ ਪਾਇਆ ਗਿਆ। ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੇਅੰਤ ਸਿੰਘਾਂ ਨੇ ਆਪੋ ਆਪਣੀ ਮੱਤ ਅਨੁਸਾਰ ਵਰਣਨ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਹੋਏ, ਬਾਬਾ ਨਿਧਾਨ ਸਿੰਘ ਜੀ ਦਾ ਜ਼ਿਕਰ ਆਉਂਦਾ ਤੇ ਸਤਿਗੁਰੂ ਮਹਾਰਾਜ ਸਮੇਤ ਦੇਹੀ ਸੱਚਖੰਡ ਕਿਵੇਂ ਵਿਰਾਜ ਗਏ। ਇਹੋ ਜਿਹੀਆਂ ਤਰਕਾਂ ਕਰਨ ਵਾਲੇ ਗੁਰਸਿੱਖਾਂ ਦੇ ਚਰਨਾਂ 'ਚ ਇੱਕ ਬੇਨਤੀ ਕਰਕੇ ਮੈਂ ਚਲੇ ਜਾਵਾਂ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੌਤਕ ਵਰਤਾਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੌਤਕ ਵਰਤਾਇਆ, ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਕੌਤਕ ਵਰਤਾਇਆ ਕਿ ਸਣ ਦੇ ਹੀ ਸੱਚਖੰਡ ਗਏ ਨੇ। ਗੁਰੂ ਕੇ ਪਿਆਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕੁੱਲ ਦੇ ਵਿੱਚੋਂ ਹੋਏ ਨੇ ਬਾਬਾ ਰਾਮ ਸਿੰਘ ਜੀ ਬੇਦੀ। ਸਮਾਂ ਆਇਆ, ਗੁਰਸਿੱਖਾਂ ਤੇ ਮੁਗਲਾਂ ਨੇ ਚੜ੍ਹਾਈ ਕੀਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਸਿੱਖਾਂ ਨੇ ਸੁਨੇਹੇ ਭੇਜੇ ਕਿ ਸਿੱਖੋ ਸਮਾਂ ਕਰੜਾ ਆ ਗਿਆ ਤੇ ਹੁਣ ਦੋ ਹੱਥ ਕਰਨੇ ਪੈਣੇ। ਬਾਬਾ ਰਾਮ ਸਿੰਘ ਜੀ ਬੇਦੀ ਦਾ ਉਸੇ ਦਿਨ ਆਨੰਦ ਕਾਰਜ ਹੋਇਆ ਤੇ ਡੋਲਾ ਲੈ ਕੇ ਘਰ ਪਰਤੇ ਨੇ ਤੇ ਸਿੱਖਾਂ ਦਾ ਹੁਕਮ ਚਲਾ ਗਿਆ ਵੀ ਬਾਬਾ ਜੀ ਤਿਆਰ ਪਰ ਤਿਆਰ ਹੋ ਕੇ ਆ ਜਾਓ, ਫੌਜਾਂ ਚੜ੍ਹੀਆਂ ਆ ਰਹੀਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਹਿਮਦ ਸ਼ਾਹ ਦਾ ਨਾਮ ਕਰਕੇ ਆਉਂਦਾ ਹੈ, ਜਿਵੇਂ ਅਹਿਮਦ ਖਾਨ, ਵਾਹਿਗੁਰੂ ਅਹਿਮਦ ਖਾਨ ਜਿਹੜਾ ਚੜ੍ਹਾਈ ਕਰਕੇ ਆਇਆ। ਬਾਬਾ ਰਾਮ ਸਿੰਘ ਜੀ ਨੇ ਗੁਰਸਿੱਖਾਂ ਨੂੰ ਬੇਨਤੀ ਕੀਤੀ, ਤਿਆਰ ਪਰ ਤਿਆਰ ਹੋ ਜਾਓ, ਖਾਲਸੇ ਦਾ ਸੱਦਾ ਆਇਆ। ਘਰ ਪਰਿਵਾਰ ਨੇ ਕਿਹਾ ਬਾਬਾ ਜੀ ਆਨੰਦ ਕਾਰਜ ਹੋਇਆ, ਅਜੇ ਤੇ ਦੋੜਾ ਲੈ ਕੇ ਘਰ ਵੜੇ ਹੀ ਆ ਤੇ ਤੁਸੀਂ ਘਰੋਂ ਬਾਹਰ ਜਾਣ ਦੀ ਤਿਆਰੀ ਕਰ ਲਈ। ਸਤਿਗੁਰੂ ਮਹਾਰਾਜ ਦਾ ਹੁਕਮ ਹੈ ਭਾਈ, ਗੁਰੂ ਖਾਲਸਾ ਤਿਆਰ ਪਰ ਤਿਆਰ ਰਹੇ, ਘਰ ਦੀਆਂ ਰੀਤੀਆਂ ਫਿਰ ਹੋ ਜਾਣਗੀਆਂ, ਪਹਿਲਾਂ ਖਾਲਸੇ ਤੇ ਬਿਪਤਾ ਪਈ ਤੇ ਅਸੀਂ ਜਾਣਾ। ਬੀਬੀ ਨੇ ਬੇਨਤੀ ਕੀਤੀ ਵੀ ਅਜੇ ਤੇ ਆਨੰਦ ਕਾਰਜ ਹੋਏ ਹੀ ਨੇ, ਅਸੀਂ ਤੇ ਇੱਕ ਦੂਜੇ ਨੂੰ ਅਜੇ ਜਾਣਿਆ ਪਹਿਚਾਣਿਆ ਵੀ ਨਹੀਂ। ਤੇ ਬਾਬਾ ਜੀ ਨੇ ਵਚਨ ਕੀਤਾ, ਬੀਬੀ ਜੇ ਸਮਾਂ ਆਵੇਗਾ, ਗੁਰੂ ਕੇ ਸਿੱਖ ਦਾ ਵਚਨ ਹੈ ਜਿਹੜਾ ਤੇਰੇ ਨਾਲ ਮੇਰਾ ਧਰਮ ਦਾ ਸੰਬੰਧ ਹੈ, ਉਹ ਵੀ ਪੂਰਾ ਕਰਾਂਗੇ, ਪਰ ਗੁਰੂ ਕਾ ਫਰਜ਼ ਪਹਿਲਾਂ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਰੀਰ ਕਰਕੇ ਜੇਕਰ ਸੰਸਾਰ ਤੋਂ ਚੜ੍ਹਾਈ ਵੀ ਕਰ ਗਏ, ਪੂਰਾ ਸੰਸਾਰ ਜੋ ਮਰਜ਼ੀ ਕਰੇ, ਤੁਸੀਂ ਮੈਨੂੰ ਮੁਰਦਾ ਨਹੀਂ ਜਾਣਨਾ। ਬੀਬੀ ਜੀ ਨੇ ਵਚਨ ਮੰਨਿਆ, ਬਾਬਾ ਜੀ ਸਿੰਘਾਂ ਸਮੇਤ ਆਏ, ਮੁਗਲਾਂ ਦੇ ਨਾਲ ਯੁੱਧ ਹੋਇਆ, ਯੁੱਧ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ, ਖਾਲਸੇ ਦੀ ਸੰਪੂਰਨ ਵਿਜੇ ਹੋਈ, ਮੁਗਲ ਨੂੰ ਮਾਰਿਆ ਗਿਆ। ਸਿੱਖਾਂ ਨੇ ਆ ਕਰਕੇ ਘਰ ਪਰਿਵਾਰ ਦੇ ਅੰਦਰ ਬਾਬਾ ਜੀ ਦੇ ਸ਼ਸਤਰ, ਕਮਰਕਸੇ ਦੇ ਸ਼ਸਤਰ, ਦੁਮਾਲੇ ਦੇ ਸ਼ਸਤਰ ਦਿੱਤੇ, ਘਰ ਪਰਿਵਾਰ ਨੇ ਸੋਗ ਮਨਾਇਆ। ਪਰ ਬੀਬੀ ਨੇ ਭਰੋਸਾ ਰੱਖ ਕਰਕੇ ਜਪ ਸਤ ਦੀ ਪਾਲਣਾ ਕਰਦਿਆਂ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਪੂਰਾ ਪ੍ਰਭ ਆਰਾਧੀ ਹੈ, ਪੂਰਾ ਜਾਕਾ ਨਾਉ ਤੂੰ ਪੂਰਾ, ਤੇਰਾ ਸਿੱਖ ਵੀ ਸੱਚੇ ਪਾਤਸ਼ਾਹ ਅਧੂਰਾ ਨਹੀਂ ਹੋ ਸਕਦਾ, ਜੇ ਵਚਨ ਕੀਤਾ ਸਾਰਾ ਸੰਸਾਰ ਜੋ ਮਰਜ਼ੀ ਕਰੇ ਮੈਂ ਨਹੀਂ ਮੰਨਦੀ।
मैं जानती कि मेरे सिरदा साईं अपने बचन पगावेगा। सतगुरु महाराज ने कला वरताई, सतगुरु महाराज के प्यारे बाबा राम सिंह जी बेदी शहीद होने तो बाद भी कई दिन तक उस बीबी नूं सण दे ही दर्शन देते रहे। घर परिवार ने संगत जी शंका की, शरीकों ने बोलियां मारियां, विधवा होकर के भी सुहागणा का जीवन बिता रही है तो कोई गैर बंदा इहनूं मिलदा। घर परिवार दे विच गल चली तो इथों तक कि सस मां ने भी ताना मार दिता कि तू घर की रीति नूं लाज ला रही है। तो बाबा जी ने वचन किया सी, बीबी जिन्नी देर तक परमात्मा ते भरोसा रख के साडा ये भेत गुप्त रखेगी तेनू दर्शन देंगे, पर जिस दिन यह भेत जाहिर कर देंगी उस दिन तो अपने आप को विधवा जान ली। तो बीबी ने वचन किया, सस माता जी संसार कुछ भी कहिंदा मैं मन लेंगी, पर अज मेरे परिवार ने अज मेरी माता ने मेरे तो यह सवाल किया, पहला मैं विधवा नहीं सी हुई पर अज तुहाडे कारण करके मैनू विधवा होना मंजूर है। ये तुहाडा ही पुत्र है जो कॉल करके गया सी, गुरु का पूरा सिख ओही मैनू दर्शन देंदा है, पर अज तो बाद उहदे भी दर्शन नहीं होणगे क्योंकि मैं उन्हां नू दित्ता होया वचन तोड़ लिया। सतगुरु महाराज ने कृपा की, उस तो बाद बाबा जी ने दर्शन नहीं दिते। जे गुरु के सिख दे विच संगत जी एडी कला आ सकती, गुरु के सिख दे विच एडी ताकत आ सकती कि शहादत तो बाद भी गुरु की बाणी पढ़न वाला सिख अपने प्यारियां नू दर्शन दे सकदा, ते की गुरु कलगीधर पिता महाराज किसी तो घट सी। इन्हां वचनां दे नाल आप जी तो आग्या लवां, समां इजाजत नहीं दिंदा। धन्नवाद संगतां दा, साहिब श्री गुरु ग्रंथ साहिब महाराज जी दा, धन धन गुरु कलगीधर पिता महाराज, कृपा करन गुरु ते भरोसा बनावे, गुरु दे सिख बनीए, गुरु की मर्यादा का पालन करदिआं सच्चे पातशाह ने जो वचन कहे सन, इन पुत्रन के सीस परिवार दी इस विचार, चार मुए तो क्या भया जीवित कई हजार, उन्हां हजारां दे विचों असीं गुरु कलगीधर दे पुत्र ते धीआं बनण दा माण प्राप्त करिए जी। बुलाओ फतेह, वाहिगुरु जी।